ਪੰਜਾਬੀ ਰੇਡੀਓ ਯੂਐਸਏ ਦੇ ਨਾਲ ਜੁੜ ਚੁੱਕੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ 'ਤੇ ਨਜ਼ਰ, ਖਬਰ 'ਤੇ ਨਜ਼ਰ ਦੇ ਵਿੱਚ ਸਾਡੇ ਨਾਲ ਹੋਣਗੇ ਪਟਿਆਲਾ ਸਟੂਡੀਓ ਤੋਂ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ, ਖਬਰਾਂ 'ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 408-272-2500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਾ ਸਕਦੇ। ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਬਿਰਦੀ ਕਲੋਵਸ, ਸੁਰਿੰਦਰ ਸਿੰਘ ਸਟੋਕਟਨ, ਮਨਜੀਤ ਸਿੰਘ ਦੀਵਾਨਾ, ਦੇਵ ਸਿੰਘ, ਦਰਸ਼ਨ ਸਿੰਘ ਪਲਵਾਨ, ਮਹਾ ਸਿੰਘ ਜੜੀਆ ਫਰਜ਼ਨੋ, ਜਸਵਿੰਦਰ ਸਿੰਘ ਵਿਰਕ ਹਿਊਸਟਨ, ਦਲਜੀਤ ਸਿੰਘ, ਅਮਰਜੀਤ ਕੌਰ, ਰਘਵੀਰ ਸਿੰਘ, ਅਜਮੇਰ ਸਿੰਘ ਮਾਹਲ ਟਲਕ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ, ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪਰਮੇ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਪੰਜਾਬ ਦੇ ਵਿੱਚ ਕਰਫਿਊ ਦੀ ਵਾਪਸੀ, ਨਵੀਂ ਹੁਣ ਨਵੀਆਂ ਹੀ ਹਦਾਇਤਾਂ ਆ ਤੇ ਨਵੀਆਂ ਪਾਬੰਦੀਆਂ? ਬਿਲਕੁਲ ਜੀ, ਐਕਚੁਅਲੀ ਕੀ ਆ ਕਿ ਜਾਣੇ ਕਹਿੰਦੇ ਵੇਲੇ ਦਾ ਕੰਮ, ਤੋਲੇ ਦੀਆਂ ਟੱਕਰਾਂ, ਉਹੋ ਜਿਹਾ ਕੁਛ ਜਿਹੜਾ ਜੀ ਹੈਗਾ। ਜਦੋਂ ਲੋਕਡਾਊਨ ਖੋਲਿਆ ਸੀਗਾ, ਉਹ ਸਮਾਂ ਸੀਗਾ ਜਦੋਂ ਲੋਕਡਾਊਨ ਖੋਲਣ ਲਈ ਕਾਹਲੀ ਕਰਨ ਤੋਂ ਪਹਿਲਾਂ ਕੁਛ ਜਿਹੜੀਆਂ ਚੀਜ਼ਾਂ ਇੰਪਲੀਮੈਂਟ ਕੀਤੀਆਂ ਜਾਣੀਆਂ ਚਾਹੀਦੀਆਂ ਸੀ, ਖਾਸ ਤੌਰ ਦੇ ਉੱਤੇ ਸਰਹੱਦਾਂ ਜਿਹੜੀਆਂ, ਉਹਦੇ ਤੇ ਕਾਗਜ਼ੀ ਕਾਰਵਾਈਆਂ ਤਾਂ ਬਾਅਦ ਦੇ ਵਿੱਚ ਹੋਣੀਆਂ ਸ਼ੁਰੂ ਹੋਈਆਂ ਲੋਕਡਾਊਨ ਤੋਂ 3-4 ਹਫ਼ਤੇ ਬਾਅਦ। ਜਿਹਦੀ ਅਸੀਂ ਸਖ਼ਤੀ ਉੱਥੇ ਕਰ ਰਹੇ ਹਾਂ, ਕੋਈ ਸਖ਼ਤੀ ਉੱਥੇ ਨਹੀਂ ਹੈਗੀ। ਬੱਸਾਂ ਭਰ ਭਰ ਕੇ ਜਿਹੜੀਆਂ ਦੂਜੇ ਸੂਬਿਆਂ ਚੋਂ ਆਈਆਂ, ਟਰੱਕਾਂ ਦੇ ਉੱਤੇ ਲੋਕ ਭਰ ਭਰ ਕੇ ਜਿਹੜਾ ਜੀ ਉਹ ਆਏ, ਕਿਸੇ ਨੇ ਉਹਨਾਂ ਨੂੰ ਸਰਹੱਦਾਂ ਦੇ ਉੱਤੇ ਰੋਕਿਆ ਟੋਕਿਆ ਨਹੀਂ। ਪੰਜਾਬ ਦੇ ਵਿੱਚ ਜਿਹੜੇ ਕੇਸ ਸੀ ਉਹ ਵਧਣੇ ਸ਼ੁਰੂ ਹੋਏ, ਇਹ ਵੀ ਸਮਝ ਨਹੀਂ ਲੱਗੀ ਕਦੋਂ ਬੱਸਾਂ ਦੇ ਵਿੱਚ ਪੂਰੀਆਂ ਸਵਾਰੀਆਂ ਤੁੰਨਣ ਦੇ ਜਿਹੜੇ ਜੀ ਉਹ ਵੀ ਫੈਸਲੇ ਆ ਗਏ। ਜੇ 52 ਦੀ ਪਰਮਿਸ਼ਨ ਮਿਲੀ ਤੇ ਅਗਲੇ 70 ਲੱਦ ਕੇ ਤੁਰਦੇ, ਪ੍ਰਾਈਵੇਟਾਂ ਵਾਲੇ ਜਿਹੜੇ ਜੀ ਉਹ ਕਿੱਥੋਂ ਚੱਲਣਗੇ? ਇਹ ਉਹ ਚੀਜ਼ਾਂ ਸੀਗੀਆਂ ਜਿਨ੍ਹਾਂ ਦੇ ਉੱਤੇ ਸ਼ੁਰੂਆਤੀ ਦੌਰ ਦੇ ਵਿੱਚ ਹੌਲੀ ਹੌਲੀ ਜਿਹੜਾ ਫਲੈਕਸੀਬਿਲਿਟੀ ਜਿਹੜੀ ਉਹ ਦੇਣੀ ਚਾਹੀਦੀ, ਹੋਇਆ ਨਹੀਂ ਏਦਾਂ। ਹੁਣ ਜਿਹੜਾ ਜੀ, ਕਿਉਂਕਿ ਇਹਦੇ ਪਿੱਛੇ ਇੱਕ ਪਾਰਟ ਹੋਰ ਵੀ ਆ, ਉਹ ਇਹ ਆ ਕਿ ਜਿਹੜੀ ਕਿਸਾਨ ਅੰਦੋਲਨ ਆ ਉਹ ਪ੍ਰਚੰਡ ਹੋ ਰਿਹਾ ਡੇ ਬਾਈ ਡੇ। ਆਪਾਂ ਉਹਦੀਆਂ ਗੱਲਾਂ ਸਾਂਝੀਆਂ ਕਰਦੇ ਰਹੇ ਹਾਂ, ਕਿਵੇਂ ਕਿਵੇਂ ਚੱਲ ਰਿਹਾ। ਅੱਗੋਂ ਉਹਨਾਂ ਦੀ ਪਲੈਨਿੰਗ ਫੇਰ ਹੈਗੀ ਜਿਹੜੀ ਜੀ ਉਹ ਨੇਤਾਵਾਂ ਦੇ ਘਰ ਘੇਰਨ ਨੂੰ। ਮੁੱਖ ਮੰਤਰੀ ਸਾਹਿਬ ਨੇ ਆਲ ਪਾਰਟੀ ਮੀਟਿੰਗ ਕੀਤੀ ਸੀ, ਉਹਦੇ ਵਿੱਚ ਇਹ ਗੱਲ ਕਹੀ ਸੀ ਕਿ ਉਹ ਛੇਤੀ ਇਹਦੇ ਸੰਬੰਧੀ ਸੈਂਟਰ ਦੀ ਸਰਕਾਰ ਦੇ ਕੋਲੇ ਜਾਣਗੇ, ਵਿਧਾਨ ਸਭਾ ਦਾ ਸੈਸ਼ਨ ਬੁਲਾਉਣਗੇ ਸਪੈਸ਼ਲੀ, ਜਿਹਦੇ ਵਿੱਚ ਇਹਦੇ ਵਿਰੋਧ 'ਚ ਮਤਾ ਦਿੱਤਾ ਜਾਊਗਾ। ਨਾ ਉਹ ਸੈਸ਼ਨ ਬੁਲਾਇਆ, ਨਾ ਮੁੜ ਕੇ ਇਹਦੀ ਗੱਲ ਕੀਤੀ ਕੇਂਦਰ ਦੇ ਕੋਲੇ ਜਾਣ ਦੀ। ਹੁਣ ਹਰ ਇੱਕ ਤਰ੍ਹਾਂ ਦੇ ਧਰਨੇ ਮੁਜ਼ਾਹਰੇ ਉਹਨਾਂ 'ਤੇ ਪਾਬੰਦੀ ਲਾ ਦਿੱਤੀ। 5 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਨੇ, ਜਿਨ੍ਹਾਂ 'ਚ ਇਹ ਪਟਿਆਲਾ ਸ਼ਾਮਲ ਹੈ, ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਮੋਹਾਲੀ ਸ਼ਾਮਲ ਨੇ, ਇਹਨਾਂ ਦੇ ਵਿੱਚ 50% ਦੁਕਾਨਾਂ ਖੋਲ੍ਹਣ ਦੇ ਹੁਕਮ ਜਿਹੜੇ ਜੀ ਉਹ ਦਿੱਤੇ ਗਏ, ਛੋਟੀਆਂ ਛੋਟੀਆਂ ਦੁਕਾਨਾਂ। ਇਹਨਾਂ ਵਿਚਾਰਿਆਂ ਨੂੰ ਕੋਈ ਨਾ ਕੇਂਦਰ ਦੀ ਸਰਕਾਰ ਨੇ ਕੁਛ ਦਿੱਤਾ, ਨਾ ਸੂਬੇ ਦੀ ਸਰਕਾਰ ਨੇ ਕੁਛ ਜਿਹੜਾ ਜੀ ਉਹ ਦਿੱਤਾ। ਜਿਹੜੇ ਮਜ਼ਦੂਰ ਕੰਮ ਕਰਦੇ ਨੇ, ਜਿਹੜੇ ਇਹ ਛੋਟੀਆਂ ਦੁਕਾਨਾਂ ਵਾਲੇ ਨੇ, ਮਸੀਂ ਉਹਨਾਂ ਦੀ ਇੰਨੇ ਮਹੀਨਿਆਂ ਤੋਂ ਬਾਅਦ ਰੋਟੀ ਜਿਹੜੀ ਜੀ ਉਹ ਰੜਨ ਲੱਗੀ, ਤੇ ਅੱਗੋਂ ਜਿਹੜਾ ਜੀ ਫਿਰ ਇਸ ਤਰ੍ਹਾਂ ਦੇ ਫੈਸਲੇ ਲੈ ਲਏ ਗਏ। ਦੇਖੋ, ਮਹਾਂਮਾਰੀ ਆ, ਉਹਦੇ ਵਿੱਚ ਫੈਸਲੇ ਸਰਕਾਰਾਂ ਨੂੰ ਲੈਣੇ ਪੈਂਦੇ ਆ, ਔਰ ਲੋਕਾਂ ਦੀ ਵੀ ਇਹ ਡਿਊਟੀ ਬਣਦੀ ਆ ਕਿ ਉਹ ਜਿਹੜੇ ਵੀ ਸਰਕਾਰਾਂ ਦੇ ਵੱਲੋਂ ਫੈਸਲੇ ਲਏ ਜਾਂਦੇ ਆ ਉਹਦੇ ਨਾਲ ਤੁਰਨ। ਪਰ ਵੱਡਾ ਸਵਾਲ ਇਹ ਆ ਕਿ ਤੁਸੀਂ ਰੋਟੀ ਦਾ ਪ੍ਰਬੰਧ ਕੀ ਕਰੋਗੇ ਉਹਨਾਂ ਦੇ, ਉੱਥੇ ਤੁਸੀਂ ਜਿਹੜਾ ਕੀ ਮਹਿਜ ਜਿਹੜੀਆਂ ਪਾਬੰਦੀਆਂ ਲਾ ਕੇ ਸਖਤੀਆਂ ਕਰਕੇ ਕੀ ਕੀਤਾ ਜਿਹੜਾ ਜੀ ਉਹ ਜਾ ਸਕਦਾ? ਸਿਆਸੀ ਧਰਨਿਆਂ ਦੇ ਖਿਲਾਫ ਸਖਤੀ ਦੇ ਹੁਕਮ ਦਿੱਤੇ ਗਏ ਆ, ਕਿਉਂ? ਕਿਉਂਕਿ ਜ਼ਹਿਰੀਲੀ ਸ਼ਰਾਬ ਦਾ ਮਾਮਲਾ ਵੱਡੇ ਪੱਧਰ ਦੇ ਉੱਤੇ ਭਖ ਰਿਹਾ, ਰੇਤ ਮਾਫੀਆ ਵਾਲਾ ਮਾਮਲਾ ਵੱਡੇ ਪੱਧਰ ਦੇ ਉੱਤੇ ਭਖ ਰਿਹਾ, ਜਿਹੜੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ, ਪੈਨਸ਼ਨਾਂ ਨੂੰ ਪੈਨਸ਼ਨਰ ਜਿਹੜੇ ਉਹਨਾਂ ਨੂੰ ਪੈਨਸ਼ਨਾਂ ਨਹੀਂ ਮਿਲ ਰਹੀਆਂ, ਉਹ ਸੜਕਾਂ ਦੇ ਉੱਤੇ ਬੈਠੇ ਨੇ, ਇਹ ਸਾਰੇ ਉਹਨਾਂ ਨੂੰ ਉਠਾਉਣ ਦੇ ਵਾਸਤੇ ਕਿਤੇ ਨਾ ਕਿਤੇ ਇਹਦਾ ਰੀਜ਼ਨ ਹੈਗਾ ਜੀ। ਹੁਣ ਇਹ 5 ਜ਼ਿਲ੍ਹਿਆਂ ਦੇ ਵਿੱਚ ਇਹ ਵੀ ਕਰਤਾ ਕਿ ਬੱਸਾਂ ਜਿਹੜੀਆਂ ਨੇ ਉਹ ਉਹਦੇ ਵਿੱਚ ਅੱਧੀਆਂ ਸਵਾਰੀਆਂ ਹੋਣਗੀਆਂ ਜੀ, ਇਹ ਪਹਿਲਾਂ ਚਾਹੀਦਾ। ਜਿਹੜੇ ਪ੍ਰਾਈਵੇਟ ਵਹੀਕਲ ਨੇ ਉਹਨਾਂ ਦੇ ਵਿੱਚ ਵੀ 3 ਤੋਂ ਵੱਧ ਜਿਹੜੇ ਜੀ ਉਹ ਬੰਦੇ ਨਹੀਂ ਬੈਠ ਸਕਦੇ। ਸ਼ਾਮੀ 7 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਕਰਫਿਊ ਜਿਹੜਾ ਜੀ ਉਹ ਲਾਉਣ ਦੇ ਹੁਕਮ ਦਿੱਤੇ ਗਏ ਆ। ਵੀਕਐਂਡ ਪੂਰਾ ਜਿਹੜਾ ਜੀ ਉਹ ਲੋਕਡਾਊਨ ਰਹੂਗਾ ਸਮੁੱਚੇ ਪੰਜਾਬ ਦੇ ਵਿੱਚ। ਇਹਨਾਂ ਦਾ ਕੀ ਅਸਰ ਜਿਹੜਾ ਜੀ ਉਹ ਪੈਂਦਾ, ਕਿੰਨੇ ਕੇਸ ਜਿਹੜੇ ਜੀ ਉਹ ਘਟਦੇ ਆ, ਉਹ ਆਪਾਂ ਦੇਖੇ ਸੀਗਾ ਕੀ ਹਾਲਾਤ ਜਿਹੜੇ ਜੀ ਕੇਂਦਰ ਦੀ ਸਰਕਾਰ ਨੇ ਬਣਾਏ, ਜਦੋਂ ਕਿੰਨੇ ਕੇਸ ਸੀ, ਥਾਲੀਆਂ ਖੜਕਾਓ, ਟੱਲੀਆਂ ਵਜਾਓ, ਆਤਿਸ਼ਬਾਜ਼ੀਆਂ ਚਲਾਓ, ਮੋਮਬੱਤੀਆਂ ਜਗਾਓ, ਲੋਕਾਂ ਨੇ ਜੋ ਚੁੱਕੇ ਚਿਮਟੇ ਢੋਲਕੀਆਂ ਤੇ ਆ ਕੇ ਜਿਹੜਾ ਸੀ ਉਹ ਡਾਂਸ ਕਰਨ ਲੱਗੇ ਬਾਜ਼ਾਰਾਂ ਦੇ ਵਿੱਚ। ਜਿੱਥੇ ਜਿੱਥੇ ਤਕਰੀਬਨ ਬਾਜ਼ਾਰਾਂ 'ਚ ਇਹ ਡਾਂਸ ਹੋਏ, ਖਾਸ ਤੌਰ ਦੇ ਉੱਤੇ ਪਟਿਆਲੇ ਦਾ ਦੱਸ ਸਕਦਾ, ਜਿਸ ਏਰੀਏ ਦੇ ਵਿੱਚ ਇਹ
ਭੰਗੜੇ ਉਦੋਂ ਪੈਂਦੇ ਸੀ ਇਸ ਵੇਲੇ ਉਹ ਕੰਟੇਨਮੈਂਟ ਜ਼ੋਨ ਜਿਹੜਾ ਸੀ ਉਹ ਬਣਿਆ ਹੋਇਆ ਇਹੋ ਜਿਹੇ ਤਾਂ ਹਾਲਾਤ ਜਿਹੜੇ ਸੀ ਉਹ ਲੋਕਾਂ ਨੇ ਆਪ ਮਿਲ ਕੇ ਜਿਹੜਾ ਬਣਾਏ ਹੁਣ ਸਰਕਾਰ ਜਿਹੜੀ ਹੈ ਜੀ ਉਹਨੂੰ ਇਹ ਦਿਸਦਾ ਕਿ ਐਜੂਕੇਸ਼ਨਾਂ ਜਿਹੜੀਆਂ ਥਾਂ ਥਾਂ ਤੇ ਹੋ ਰਹੀਆਂ ਨੇ ਉਹਦੀ ਬਦਨਾਮੀ ਹੋ ਰਹੀ ਹੈ ਕਿਤੇ ਨਾ ਕਿਤੇ ਇਹਦੇ ਵਿੱਚ ਜਿਹੜੇ ਪਾਬੰਦੀਆਂ ਲਾਉਣ ਦੇ ਜਿਹੜਾ ਹਰ ਇੱਕ ਤਰ੍ਹਾਂ ਦੇ ਧਰਨੇ ਸਿਆਸੀ ਧਰਨਿਆਂ ਦੇ ਵਿੱਚ ਜਿਹੜਾ ਦੀ ਪਾਬੰਦੀਆਂ ਲਾਉਣ ਦੀ ਗੱਲ ਇਹ ਇਹਦੇ ਇਹਦੇ ਪਿੱਛੇ ਇਹ ਇੱਕ ਰੀਜ਼ਨ ਹੈਗਾ ਜੀ। ਅੱਗੇ ਪ੍ਰਸ਼ਾਂਤ ਭੂਸ਼ਣ ਦੇ ਹੱਕ ਦੇ ਵਿੱਚ ਸੋਸ਼ਲ ਮੀਡੀਆ ਤੇ ਵੱਡੀ ਮੁਹਿੰਮ ਆ ਉਹਨਾਂ ਦੇ ਹੱਕ ਦੇ ਵਿੱਚ ਹਮ ਦੇਖੇਂਗੇ। ਕੱਲ ਦੀ ਐਕਚੁਅਲੀ ਪ੍ਰਸ਼ਾਂਤ ਭੂਸ਼ਣ ਹੋਰਾਂ ਦੇ ਮਾਮਲੇ 'ਚ ਕੱਲ ਸ਼ਾਇਦ ਕਿਤੇ ਨਾ ਕਿਤੇ ਭਗਤਾਂ ਨੂੰ ਇਹ ਆਸ ਸੀ ਵੀ ਉਹਨੇ ਜਾ ਕੇ ਮਾਫੀ ਮੰਗ ਲੈਣੀ ਹੈ, ਇਹ ਮਾਮਲਾ ਜਿਹੜਾ ਸੀ ਉਹ ਠੰਡਾ ਹੋ ਜਾਣਾ। ਇਹ ਠੀਕ ਹੈ ਕਿ ਉਹਦੇ ਵੱਲੋਂ ਲਾਈਆਂ ਦੋ ਅਰਜ਼ੀਆਂ ਜਿਹੜੀਆਂ ਸੀ ਜਿਹਦੇ ਵਿੱਚ ਉਹਨੇ ਇੱਕ ਤਾਂ ਕਿਹਾ ਸੀਗਾ ਕਿ ਜਿੰਨੀ ਦੇਰ ਤੱਕ ਰਿਵਿਊ ਪਟੀਸ਼ਨ ਨਹੀਂ ਫਾਈਲ ਹੋ ਜਾਂਦੀ ਸਜ਼ਾ ਨਾ ਸੁਣਾਈ ਜਾਵੇ ਰੱਦ ਕਰ ਦਿੱਤੀ ਗਈ। ਦੂਜੀ ਅਰਜ਼ੀ ਪ੍ਰਸ਼ਾਂਤ ਭੂਸ਼ਣ ਹੋਰਾਂ ਨੇ ਇਹ ਲਾਈ ਸੀ ਕਿ ਦੂਸਰੇ ਬੈਂਕ ਨੂੰ ਇਹ ਜਿਹੜਾ ਜੀ ਦਿੱਤਾ ਜਾਵੇ 5 ਮੈਂਬਰੀ ਬੈਂਕ, ਇਹ ਵੀ ਰੱਦ ਕਰ ਦਿੱਤੀ। ਇਹ ਕਹਿਤਾ ਕਿ 2-3 ਦਿਨ ਦਿੱਤੇ, ਗਲਤੀ ਮੰਨ ਲਓ, ਮਾਫ਼ੀ ਮੰਗ ਲਓ ਤੇ ਨਰਮੀ ਵਰਤਾਂਗੇ। ਪ੍ਰਸ਼ਾਂਤ ਭੂਸ਼ਣ ਨੇ ਜਿਹੜਾ ਬਿਆਨ ਜਾਰੀ ਕੀਤਾ ਉਹ ਇਹ ਕਹਿੰਦਾ ਨਾ ਮੇਰੇ ਤੇ ਨਰਮੀ ਵਰਤਣ ਦੀ ਲੋੜ ਹੈ, ਨਾ ਸਮਾਂ ਖਰਾਬ ਕਰਨ ਦੀ ਲੋੜ ਹੈ। ਜੋ ਮੈਂ ਅੱਜ ਕਹਿੰਦਾ, ਜੋ ਮੈਂ ਕੱਲ੍ਹ ਕਹਿੰਦਾ ਸੀ, ਜੋ ਮੈਂ ਅੱਜ ਕਹਿੰਦਾ, ਭਰ ਕੇ ਵੀ ਮੇਰੀ ਉਹੀ ਜਿਹੜਾ ਜੀ ਉਹ ਸਟੇਟਮੈਂਟ ਹੋਊਗੀ, ਉਹਦੇ ਉੱਤੇ ਮੈਂ ਕੋਈ ਬਦਲਣਾ ਨੀਗਾ। ਔਰ ਇਹ ਕਿਹਾ ਕਿ ਮੈਂ ਕਿਸੇ ਵੀ ਤਰੀਕੇ ਨਾਲ ਮਾਫ਼ੀ ਜਿਹੜੀ ਸੀ ਉਹ ਨਹੀਂ ਮੰਗੂੰਗਾ। ਇਹ ਕਿਹਾ ਕਿ ਜਿਹੜੇ ਟਵੀਟ ਸੀਗੇ ਉਹਨਾਂ ਦੀ ਗਲਤ ਵਿਆਖਿਆ ਕੀਤੀ ਗਈ ਹੈ। ਇਹ ਵੀ ਕਿਹਾ ਕਿ ਜਿਹੜੀ ਵੀ ਸਜ਼ਾ ਲਾਓਗੇ ਖੜੇ ਮਿੱਥੇ ਖਿੜੇ ਮੱਥੇ ਉਹਨੂੰ ਸਵੀਕਾਰ ਕਰੂੰਗਾ। ਦੇਖੋ ਇੱਕ ਬਹਿਸ ਛਿੜਤੀ, ਬਹੁਤ ਵੱਡੀ ਬਹਿਸ ਜਿਹੜੀ ਹੈ ਜੀ ਉਹ ਛਿੜਤੀ। ਇਹਦੇ ਵਿੱਚ ਸਾਬਕਾ ਜੱਜ ਵੀ ਆ ਗਏ, ਸੁਪਰੀਮ ਕੋਰਟ ਦੇ ਸਾਬਕਾ ਜੱਜ ਆ ਗਏ, ਦੂਜੇ ਜਿਹੜੇ ਸਾਬਕਾ ਜੱਜ ਨੇ ਉਹ ਆ ਗਏ, ਵਕੀਲਾਂ ਦੀਆਂ ਜਥੇਬੰਦੀਆਂ ਵੱਡੀਆਂ ਜਿਹੜੀਆਂ ਜੀ ਉਹ ਆ ਕੇ ਖੜ ਗਈਆਂ। ਹੁਣ 2-3 ਦਿਨ ਦੇਖੋ ਸੁਪਰੀਮ ਕੋਰਟ 2-3 ਦਿਨ ਲਾਉਂਦੀ ਹੈ ਜਾਂ ਫਿਰ ਇਸ ਮਾਮਲੇ ਦੇ ਉੱਤੇ ਉਹ ਲੰਬਾ ਟਾਈਮ ਜਿਹੜਾ ਜੀ ਉਹ ਲਾਉਂਦੀ ਹੈ। ਇਹ ਟਵਿੱਟਰ ਦੇ ਉੱਤੇ ਜਿਹੜਾ ਜੀ ਪ੍ਰਸ਼ਾਂਤ ਭੂਸ਼ਣ ਹੋਰਾਂ ਦੇ ਖਿਲਾਫ ਜਾਰੀ ਸੁਣਵਾਈ ਦੇ ਦਰਮਿਆਨ ਫੈਜ਼ ਅਹਿਮਦ ਫੈਜ਼ ਦੀ ਮਸ਼ਹੂਰ ਨਜ਼ਮ ਜਿਹੜੀ ਆ ਹਮ ਦੇਖੇਂਗੇ ਉਹ ਇਹਦੇ ਨਾਂ ਦੇ ਉੱਤੇ ਇਹਦੀ ਗੂੰਜ ਸੁਣਾਈ ਦੇ ਰਹੀ ਹੈ। ਟਵਿੱਟਰ ਦੇ ਉੱਤੇ ਹਮ ਦੇਖੇਂਗੇ ਮੁਹਿੰਮ ਤਹਿਤ ਜਿਹੜੀ ਮੁਹਿੰਮ ਵਿੱਢੀ ਗਈ ਇਹਦੇ ਉੱਤੇ ਇਕਜੁੱਟਤਾ ਦਾ ਮੁਜ਼ਾਹਰਾ ਜਿਹੜਾ ਉਹ ਕੀਤਾ ਜਾ ਰਿਹਾ। ਜਿਹੜੀ ਇੱਥੇ ਹੈਗੇ ਨੇ ਸਵਰਾਜ ਇੰਡੀਆ ਤੇ ਬਾਕੀ ਜਥੇਬੰਦੀਆਂ ਨੇ ਸੁਪਰੀਮ ਕੋਰਟ ਦੇ ਬਾਹਰ ਮੁਜ਼ਾਹਰਾ ਕੀਤਾ। ਸੋਸ਼ਲ ਮੀਡੀਆ ਦੇ ਉੱਤੇ ਹਮ ਦੇਖੇਂਗੇ ਹੈਸ਼ਟੈਗ ਜੇ ਤੁਸੀਂ ਪਾਓਗੇ ਹੈਸ਼ਟੈਗ ਹਮ ਦੇਖੋਗੇ ਹਮ ਦੇਖੇਂਗੇ ਤੋਂ ਇਹ ਟਵਿੱਟਰ ਦੇ ਉੱਤੇ ਤੁਹਾਨੂੰ ਟ੍ਰੈਂਡ ਕਰਦੀ ਜਿਹੜੀ ਜੀ ਉਹ ਨਜ਼ਰ ਆਊਗੀ। ਇਹਦੇ ਵਿੱਚ ਦੇਸ਼ ਦੇ ਮਸ਼ਹੂਰ ਚਿੰਤਕ, ਵਿਦਵਾਨ, ਸਿਆਸੀ ਆਗੂ, ਕਲਾਕਾਰ, ਇਤਿਹਾਸਕਾਰ, ਸਮਾਜ ਸ਼ਾਸਤਰੀ, ਅਰਥ ਸ਼ਾਸਤਰੀ ਨੌਜਵਾਨ ਜਿਹੜੇ ਨੇ ਉਹ ਹਿੱਸਾ ਲੈ ਰਹੇ ਨੇ। ਔਰ ਜਿੰਨੇ ਨੇ ਇਹ ਇਹਦੇ ਉੱਤੇ ਲਿਖ ਰਹੇ ਨੇ ਪ੍ਰਸ਼ਾਂਤ ਭੂਸ਼ਣ ਹੋਰਾਂ ਦੇ ਜਿਹੜਾ ਹੱਕ ਦੇ ਵਿੱਚ ਕਿ ਇਹ ਗਲਤ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜਾ ਉਹ ਫਸਾਇਆ ਜਾ ਰਿਹਾ। ਇੱਕ ਆਜ਼ਾਦੀ ਘੁਲਾਟੀਏ ਨੇ ਦਰਾਏ ਸਵਾਮੀ ਉਹ ਵੀ ਇਹਦੇ ਉੱਤੇ ਜਿਹੜਾ ਜੀ ਉਹ ਬੋਲੇ ਸੁਮੰਗਲਾ ਦਾਮਦਰਨ ਉਹਦੇ ਵੱਲੋਂ ਜਿਹੜੀ ਇਹ ਨਜ਼ਮ ਗਾ ਕੇ ਉੱਥੇ ਪਾਈ ਗਈ ਆ। ਮੇਧਾ ਪਾਟੇਕਰ, ਹਰਸ਼ ਮੰਦਰ, ਤੀਸਤਾ ਸੀਤਲਵਾਲ, ਗਣੇਸ਼ ਦਵੇਦੀ, ਅਭੀਕ ਸਾਹਾ ਇਹ ਉਹ ਨਾਮ ਨੇ ਜੀ ਜਿਹੜੇ ਹਮੇਸ਼ਾ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਦੇ ਨੇ, ਖੜਦੇ ਨੇ ਤੇ ਅੜਦੇ ਨੇ ਜਦੋਂ ਵੀ ਜਿਹੜਾ ਦੇਖੀ। ਇਹ ਸਾਰੇ ਜਿਹੜੇ ਜੀ ਉਹ ਇਕੱਠੇ ਹੋ ਕੇ ਇਸ ਮੁਹਿੰਮ ਦਾ ਪਾਰਟ ਜਿਹੜਾ ਉਹ ਬਣ ਰਹੇ ਨੇ। ਕੀ ਹੁੰਦਾ ਇਹਦੇ ਉੱਤੇ? ਮੇਰਾ ਖਿਆਲ ਜਿਵੇਂ ਮੈਂ ਕਿਹਾ ਕਿ ਤਕੜੀ ਬਹਿਸ ਇੱਕ ਜਿਹੜੀ ਛਿੜੀ ਹੈ ਜੀ, ਇਹਦੇ ਇਸ ਬਹਿਸ ਦੇ ਵਿੱਚੋਂ ਬਹੁਤ ਕੁਛ ਨਿਕਲ ਕੇ ਜਿਹੜਾ ਜੀ ਉਹ ਸਾਹਮਣੇ ਆ ਸਕਦਾ। ਖਾਸ ਤੌਰ ਦੇ ਉੱਤੇ ਜਿਹੜੇ ਲੋਕ ਡਰ ਗਏ, ਅੰਦਰ ਜਿਹੜਾ ਜੀ ਉਹ ਬਹਿ ਗਏ, ਨਹੀਂ ਬੋਲ ਰਹੇ, ਉਹਨਾਂ ਨੂੰ ਕਿਤੇ ਨਾ ਕਿਤੇ ਇਹ ਇੱਕ ਜਿਸ ਕਿਸਮ ਦੀ ਇਹ ਬਹਿਸ ਛਿੜੀ ਆ ਉਹ ਉਹਨਾਂ ਨੂੰ ਤਾਕਤ ਦੇ। ਜੀ ਸਮੇਤ ਸੈਣੀ ਤੇ ਕਤਲ ਦੀ ਧਾਰਾ ਦਾ ਜਿਹੜਾ ਫੈਸਲਾ ਉਹ ਅੱਜ ਆਊਗਾ। ਐਕਚੁਅਲੀ ਜੀ ਕਿਉਂਕਿ ਜਿੱਥੋਂ ਤੱਕ ਇਹ ਮਾਮਲਾ ਪਹੁੰਚ ਗਿਆ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਗੱਲ ਆ ਜੀ, ਕਿਉਂਕਿ ਅਕਸਰ ਪਹਿਲਾਂ ਲੋਕ ਜਿਹੜੇ ਨੈਗੇਟਿਵ ਨੇ ਤੁਹਾਨੂੰ ਪਤਾ ਜੀ ਉਹ ਤਾਂ ਕਮੈਂਟ ਕਰਦੇ ਕੁਛ ਨਹੀਂ ਹੋਣਾ, ਉਹ ਅਜੇ ਵੀ ਕਮੈਂਟ ਕਰੀ ਜਾਂਦੇ ਨੇ ਇਸ ਮਾਮਲੇ 'ਤੇ ਕੁਛ ਨਹੀਂ ਹੋਣਾ। ਮੇਰੀ ਜਾਚੇ ਜਿਹੜੇ ਲੋਕ ਲੱਗੇ ਹੋਏ ਆ, ਖਾਸ ਤੌਰ ਦੇ ਉੱਤੇ ਪ੍ਰਦੀਪ ਵਿਰਕ ਵਰਗੇ ਵਕੀਲ ਜਿਹੜੇ ਲੱਗੇ ਆ ਇਸ ਮਾਮਲੇ ਦੇ ਉੱਤੇ, ਉਹਨਾਂ ਲੋਕਾਂ ਦੀ ਪਿੱਠ ਥਾਪੜ ਨਹੀਂ ਬਣਦੀ ਹੈ ਜੀ। ਇਹ ਕੋਈ ਛੋਟੀ ਗੱਲ ਨਹੀਂ ਗੀ ਜਿੱਥੇ ਇਸ ਮਾਮਲੇ ਨੂੰ ਇਹ ਲੋਕ ਲੈ ਆਏ ਆ। ਜਿਹੜੇ ਲੋਕ ਕਹਿੰਦੇ ਆ ਕੁਛ ਨਹੀਂ ਹੋਣਾ, ਉਹਨਾਂ ਲੋਕਾਂ ਦਾ ਜਿਹੜਾ ਜੀ ਉਹ ਜਵਾਬ ਇਹ ਆ ਕਿ 3 ਚਸ਼ਮਦੀਦ ਗਵਾਹ ਜਿਹਦੇ ਖਾਸ ਤੌਰ ਦੇ ਉੱਤੇ ਮਹਿਲਾ ਵਕੀਲ ਨੇ ਜਿਹੜੇ ਹਾਈ ਕੋਰਟ ਤੋਂ, ਉਹਨਾਂ ਦੀ ਦਲੇਰੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਦਲੇਰੀ ਜਿਹੜੇ ਚਸ਼ਮਦੀਦ ਇਹਦੇ ਵਿੱਚ ਬਣੇ, ਔਰ ਹੁਣ ਜਿਹੜੇ ਦੋ ਇਹ ਸਾਬਕਾ ਇੰਸਪੈਕਟਰ ਜਿਹੜੇ ਇਸ ਕੇਸ ਦੇ ਵਿੱਚ FIR ਦੇ ਵਿੱਚ ਜਿਹਨਾਂ ਦਾ ਨਾਮ ਸੀਗਾ ਉਹ ਉਹਨਾਂ ਦਾ ਵਾਅਦਾ ਮਾਫ਼ ਗਵਾਹ ਬਣ ਜਾਣਾ, ਸਰਕਾਰੀ ਗਵਾਹ ਬਣ ਜਾਣਾ।
ਇਹ ਬਹੁਤ ਵੱਡੀ ਗੱਲ ਹੈ। ਪੰਜ ਚਸ਼ਮਦੀਦ ਇਕੱਠੇ ਹੋ ਗਏ ਜੀ ਇੱਕ ਕਿਸਮ ਦੇ ਨਾਲ, ਇੱਕ ਕਤਲ ਦੇ ਮਾਮਲੇ। ਸਭ ਨੂੰ ਪਤਾ ਕਿ ਬਲਵੰਤ ਸਿੰਘ ਮੁਲਤਾਨੀ ਨੂੰ ਬੁਰੇ ਤਰੀਕੇ ਨਾਲ ਟੋਰਚਰ ਕਰਕੇ 29 ਸਾਲ ਪਹਿਲਾਂ ਮਾਰ ਦਿੱਤਾ ਗਿਆ ਸੀ। 29 ਸਾਲਾਂ ਤੋਂ ਬਾਅਦ ਕੋਈ ਬੰਦਾ ਕੇਸ ਨੂੰ ਇੱਥੋਂ ਤੱਕ ਲੈ ਆਉਂਦਾ ਤੇ ਕਮ ਸੇ ਕਮ ਉਹਦੇ ਉੱਤੇ ਇਹ ਨਹੀਂ ਕਿਹਾ ਜਾਣਾ ਚਾਹੀਦਾ ਕਿ ਕੁਛ ਨਹੀਂ ਹੋਣਾ ਇਸ ਮਾਮਲੇ 'ਚ। ਬਲਕਿ ਮੈਂ ਹਮੇਸ਼ਾ ਕਹਿੰਦਾ ਕਿ ਇਹਨਾਂ ਲੋਕਾਂ ਦੀ ਪਿੱਠ ਜਿਹੜੀ ਜੀ ਉਹ ਥਾਪੜ ਨਹੀਂ ਬਣਦੀ ਹੈ, ਨਹੀਂ ਤਾਂ ਅਦਰਵਾਈਜ਼ ਮਨੁੱਖੀ ਅਧਿਕਾਰ ਜਿਵੇਂ ਕੁਚਲੇ ਜਾ ਰਹੇ ਨੇ ਉਹਨਾਂ ਦੇ ਵਾਸਤੇ ਬੋਲਣ ਵਾਲੇ ਲੋਕ ਲਗਭਗ ਸਮਾਪਤ ਹੋ ਚੱਲੇ ਆ ਤੇ ਹੋ ਜਾਣਗੇ ਜੇ ਅੱਜ ਇਹਨਾਂ ਲੋਕਾਂ ਦੇ ਵਾਸਤੇ ਜਿਹੜਾ ਜੀ ਉਹ ਖੜੇ ਨਾ ਹੋਏ। ਤੇ ਇਹ ਦੋ ਜਿਹੜੇ ਸਾਬਕਾ ਇੰਸਪੈਕਟਰ ਸੀ ਉਹਨਾਂ ਨੇ ਆਪਣੇ ਬਿਆਨ ਧਾਰਾ 164 ਦੇ ਤਹਿਤ ਦਰਜ ਕਰਵਾ ਦਿੱਤੇ ਆ। ਕੁਛ ਨਹੀਂ ਹੋਣ ਵਾਲਿਆਂ ਨੂੰ ਇਹ ਜਵਾਬ ਹੈ ਜੀ ਕਿ ਜਿਹੜੇ ਧਾਰਾ 164 ਦੇ ਤਹਿਤ ਬਿਆਨ ਹੁੰਦੇ ਆ ਉਹ ਜੱਜ ਦੇ ਸਾਹਮਣੇ ਹੁੰਦੇ ਆ, ਉਹਨਾਂ ਬਿਆਨਾਂ ਤੋਂ ਮੁਕਰਿਆ ਨਹੀਂ ਜਾ ਸਕਦਾ। ਜਦੋਂ ਕਿਸੇ ਵੀ ਮਾਮਲੇ ਦੇ ਵਿੱਚ ਕੇਸ ਚੱਲਦਾ ਉਹ ਇੱਕ ਅਹਿਮ ਪੁਆਇੰਟ ਜਿਹੜਾ ਜੀ ਉਹ ਹੁੰਦੇ ਆ, ਸਭ ਤੋਂ ਅਹਿਮ ਪੁਆਇੰਟ ਹੁੰਦੇ ਆ ਉਹ, ਕਿਉਂਕਿ ਉਹ ਜੱਜ ਦੇ ਸਾਹਮਣੇ ਬਿਆਨ ਹੋਏ। ਦੋਨਾਂ ਸਾਬਕਾ ਇੰਸਪੈਕਟਰ ਨੇ ਇਹ ਗੱਲ ਕਹੀ ਹੈ ਕਿ ਕਿਸੇ ਦਬਾਓ ਦੇ ਹੇਠ ਨਹੀਂ, ਉਹ ਆਪਣੀ ਮਰਜ਼ੀ ਦੇ ਨਾਲ ਇਹਦੇ ਸੰਬੰਧੀ ਖੁਲਾਸੇ ਕਰਨੇ। ਉਹਨਾਂ ਦੇ ਖੁਲਾਸਿਆਂ ਨੇ, ਉਹਦੀ ਕਾਪੀ ਮੇਰੇ ਕੋਲੇ ਹੈ ਜੀ ਜਿਹੜੇ ਇਹਨਾਂ ਦੇ ਬਿਆਨ ਨੇ, ਜੋ ਕੁਛ ਉਹਨਾਂ ਨੇ ਖੁਲਾਸੇ ਕੀਤੇ ਆ ਉਹ ਮੂੰਹ ਚੁੰਗਲਾਂ ਪਾਉਣ ਵਾਲੇ ਆ ਕਿ ਕੋਈ ਇੰਨਾ ਵੀ ਬੇਦਰਦ ਹੋ ਸਕਦਾ, ਕੋਈ ਇੰਨਾ ਵੀ ਖੂਨਖਾਰ ਹੋ ਸਕਦਾ ਕਿ ਕਿਸੇ ਦੀ ਇੱਦਾਂ ਜਾਨ ਜਿਹੜੀ ਸੀ ਉਹ ਲਈ ਜਾਵੇ, ਮਹਿਜ਼ ਇੱਕ ਸ਼ੱਕ ਦੇ ਆਧਾਰ ਦੇ ਉੱਤੇ ਉਹਨੂੰ ਮਾਰ ਦਿੱਤਾ ਜਾਵੇ, ਉਹਦੀ ਬਲੀਡਿੰਗ ਹੁੰਦੀ ਰਹੇ 2 ਦਿਨ, ਉਹਨੂੰ ਕੋਈ ਸੰਭਾਲੇ ਨਾ। ਜੂਨੀਅਰ ਇੰਜੀਨੀਅਰ ਸੀਗਾ ਜੀ ਉਹ ਸਿਟਕੋ ਦੇ ਵਿੱਚ, ਔਰ IAS ਉਹਦਾ ਪਿਓ ਸੀਗਾ ਜੀ, ਰਿਟਾਇਰਡ IAS ਸੀਗਾ। ਇਸ ਤਰ੍ਹਾਂ ਦੀ ਉਹ ਫੈਮਿਲੀ ਸੀ, ਉਹਨੂੰ ਚੁੱਕ ਕੇ ਮਹਿਜ਼ ਸ਼ੱਕ ਦੇ ਆਧਾਰ ਤੇ ਖਪਾ ਦਿੱਤਾ ਗਿਆ। ਹੁਣ ਜਿਹੜੀ ਅਦਾਲਤ ਹੈ, ਕਿਉਂਕਿ ਕੱਲ੍ਹ ਜਿਹੜੇ ਮੇਨ ਜੱਜ ਇਹ ਸੁਣ ਰਹੇ ਆ ਉਹ ਛੁੱਟੀ ਤੇ, ਜਿਹੜੇ ਡਿਊਟੀ ਮੈਜਿਸਟਰੇਟ ਨੇ ਉਹਨਾਂ ਦੇ ਸਾਹਮਣੇ ਇਹ ਬਿਆਨ ਜਿਹੜੇ ਆ ਉਹ ਹੋਏ ਆ 164 ਦੇ ਤਹਿਤ। ਅੱਜ ਜਿਹੜੇ ਜੀ ਉਹ ਜੱਜ ਹੋਣਗੇ ਤੇ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਫੈਸਲਾ ਲੈਣਾ ਕਿ ਧਾਰਾ 302 ਇਹਦੇ ਵਿੱਚ ਐਡ ਕੀਤੀ ਜਾਵੇ, ਹੋ ਜੂਗੀ ਇਹਦੇ 99.9% ਚਾਂਸਿਸ ਨੇ। ਮੈਂ 0.1% ਇਸ ਕਰਕੇ ਘੱਟ ਕਹਿ ਰਿਹਾ ਕਿ ਕੋਈ ਉਹਦੇ ਵਿੱਚੋਂ ਚੋਰ ਮੋਰੀ ਜਿਹੜੀ ਸੀ ਉਹ ਲੱਭ ਨਾ ਲਈ ਜਾਵੇ, ਅਦਰਵਾਈਜ਼ 302 ਧਾਰਾ ਲੱਗ ਜਾਣੀ। 302 ਲੱਗਣ ਤੋਂ ਬਾਅਦ ਸਮੇਤ ਸੈਣੀ ਦੀਆਂ ਮੁਸ਼ਕਲਾਂ ਜਿਹੜੀਆਂ ਜੀ ਉਹ ਵਧਣਗੀਆਂ, 100% ਵਧਣਗੀਆਂ। 302 ਲੱਗਣ ਤੋਂ ਬਾਅਦ ਉਹਦੇ ਹੱਕ ਦੇ ਵਿੱਚ ਕਿਹੜੇ ਖੜਦੇ ਆ, ਕਿਵੇਂ ਉਹ ਆਪਣਾ ਬਚਾਓ ਕਰਦਾ, ਇਹ ਜਿਹੜਾ ਜੀ ਆਉਣ ਵਾਲਾ ਸਮਾਂ ਦੱਸੂਗਾ। ਪਰ ਮੈਂ ਇੰਨਾ ਜ਼ਰੂਰ ਕਹੂੰਗਾ ਜੀ ਕੁਛ ਵੀ ਹੋਵੇ ਇਸ ਮਾਮਲੇ ਦਾ, ਇਹ ਜਿਹੜੇ ਲੋਕ ਇਹਨੂੰ ਇਸ ਚੀਜ਼ ਨੂੰ ਜਿਹੜੇ ਚਸ਼ਮਦੀਦ ਤੇ ਵਕੀਲ ਜਿਹੜੇ ਇਹਨੂੰ ਜਿੱਥੋਂ ਜਿਸ ਮਾਮਲੇ ਨੂੰ ਇੱਥੋਂ ਤੱਕ ਲੈ ਆਏ ਆ ਇਹ ਬਹੁਤ ਵੱਡੀ ਜਿਹੜੀ ਜੀ ਉਹ ਗੱਲ ਆ, ਉਹ ਵੀ ਉਦੋਂ ਜਦੋਂ ਆਪਾਂ ਅਕਸਰ ਗੱਲ ਕਰਦੇ ਹਾਂ ਕਿ ਮਨੁੱਖੀ ਅਧਿਕਾਰਾਂ ਦੇ ਵਾਸਤੇ ਬੋਲਣ ਵਾਲੇ ਲਗਭਗ ਸਮਾਪਤ ਹੁੰਦੇ ਜਾਂਦੇ ਜੀ। 1947 ਦੀ ਵੰਡ ਵੇਲੇ ਮਾਰੇ ਗਏ ਜਿਹੜੇ ਉਹਨਾਂ ਦੀ ਯਾਦਗਾਰ ਆ ਉਸ ਨੂੰ ਹਟਾਉਣ ਦੀਆਂ ਤਿਆਰੀਆਂ, ਲਗਭਗ ਹਟਾਉਣ ਵਾਲੀ ਗੱਲ ਹੋ ਗਈ ਹੈ ਜੀ। ਇਹ ਅਟਾਰੀ ਦੇ ਉੱਤੇ 10 ਲੱਖ ਪੰਜਾਬੀਆਂ ਦੀ ਯਾਦ ਦੇ ਵਿੱਚ ਸਮਾਰਕ ਬਣਾਇਆ ਗਿਆ ਸੀਗਾ ਜੀ। ਫੋਕਲੋਰ ਰਿਸਰਚ ਅਕੈਡਮੀ ਨੇ 1996 ਦੇ ਵਿੱਚ ਜਿਹੜਾ ਜੀ ਸਥਾਪਿਤ ਕੀਤਾ ਸੀਗਾ। ਹੁਣ ਹੋਇਆ ਕੀ ਹੈ ਕਿ ਚੁੱਪ ਚਪੀਤੇ ਇਹਨੂੰ ਉੱਥੋਂ ਲਾਂਭੇ ਕਰ ਦਿੱਤਾ। ਸਮਾਰਕ ਸਥਾਪਿਤ ਕਰਨ ਵਾਲੇ ਜਿਹੜੇ ਜੀ ਉਹ ਇਤਰਾਜ਼ ਕਰ ਰਹੇ ਆ। 30 ਦਸੰਬਰ 1996 ਨੂੰ ਫੋਕਲੋਰ ਰਿਸਰਚ ਅਕੈਡਮੀ ਚੰਡੀਗੜ੍ਹ ਨੇ ਇਹ ਜਿਹੜਾ ਜੀ ਸਥਾਪਿਤ ਕੀਤਾ ਸੀਗਾ। ਜਦੋਂ ਇਹ ਸਮਾਰਕ ਬਣਾਇਆ ਗਿਆ ਸੀ ਉਸ ਵੇਲੇ 5 ਦਰਿਆਵਾਂ ਦਾ ਜਿਹੜਾ ਪਾਣੀ ਹੈ ਉਹ ਇੱਥੇ ਲਿਆਂਦਾ ਗਿਆ ਸੀਗਾ, ਤਾਂ ਕਿ ਜਿਹੜੇ ਸਮੂਹ ਪੰਜਾਬੀ ਨੇ, ਕਿਉਂਕਿ ਇਹਦੇ ਵਿੱਚ ਇਹ ਤਾਂ ਹੈ ਨਹੀਂ ਕਿ ਕਿਸੇ ਇੱਕ ਧਰਮ ਦੇ ਨਾਲ ਰਿਲੇਟਡ ਸੀਗੇ, ਸਮੁੱਚੇ ਪੰਜਾਬੀਆਂ ਦੀ ਯਾਦ ਦੇ ਵਿੱਚ ਇਹ ਬਣਾਇਆ ਗਿਆ ਸੀਗਾ। ਔਰ ਨੀਂਹ ਪੱਥਰ ਜਦੋਂ ਰੱਖਿਆ ਗਿਆ ਸੀਗਾ ਤਾਂ ਉਦੋਂ ਬਾਬਾ ਭਗਤ ਸਿੰਘ ਬਿਲਗਾ ਹੋਰੀ ਜਿਉਂਦੇ ਹੁੰਦੇ ਸੀਗੇ, ਉਹਨਾਂ ਨੇ ਇਹਦਾ ਨੀਂਹ ਪੱਥਰ ਰੱਖਿਆ ਸੀ। ਪੰਜਾਬੀ ਟ੍ਰਿਬਿਊਨ ਦੇ ਉਦੋਂ ਸੰਪਾਦਕ ਹੁੰਦੇ ਸੀ ਹਰਭਜਨ ਸਿੰਘ ਹਲਵਾਰ ਵੀ, ਪ੍ਰਸਿੱਧ ਸ਼ਾਇਰ ਵੀ ਸਨ ਜੀ ਉਹ। ਔਰ ਜਗਦੇਵ ਸਿੰਘ ਜੱਸੋਵਾਲ, ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਤੋਂ, ਪ੍ਰੀਤ ਲੜੀ ਤੋਂ ਪੂਨਮ ਪ੍ਰੀਤ ਲੜੀ, ਔਰ ਹਰਭਜਨ ਸਿੰਘ ਹੁੰਦਲ ਜਿਹੜੇ ਜੀ ਉਹ ਉਦੋਂ ਸ਼ਾਮਿਲ ਸਨ ਸਾਰੇ ਇਹ। ਇਹ ਇਹਦਾ ਕੋਈ ਮੰਤਵ ਸਿਆਸੀ ਨਹੀਂ ਸੀਗਾ ਜੀ, ਕਿਉਂਕਿ ਕੁਲਦੀਪ ਨਈਅਰ ਹੋਰੀ ਜਿੰਨੀ ਦੇਰ ਜਿਉਂਦੇ ਰਹੇ ਉਹ ਆਪਣੀ ਉਮਰ ਦੇ ਅਖੀਰਲੇ ਸਾਲਾਂ ਦੇ ਵਿੱਚ ਵੀ ਮੋਮਬੱਤੀਆਂ ਲੈ ਕੇ ਸਰਹੱਦ ਦੇ ਉੱਤੇ ਜਾਂਦੇ ਰਹੇ, ਇਹ ਲੋਕ ਉੱਥੇ ਖੜਦੇ ਰਹੇ ਕਿ ਜਿਹੜੇ ਪੰਜਾਬੀ ਇੰਨੇ ਬਿਨਾਂ ਕਿਸੇ ਕਸੂਰ ਤੋਂ ਵੱਢ ਟੁੱਕ ਕੇ ਮਾਰ ਦਿੱਤੇ ਗਏ ਸੀ ਵੀ ਉਹਨਾਂ ਦੀ ਇੱਕ ਯਾਦਗਾਰੀ ਬਣਾ ਦਿਓ, ਕਿਸੇ ਨੇ ਅਜਿਹਾ ਸਮਾਰਕ ਸਰਕਾਰਾਂ ਨੇ ਜਿਹੜਾ ਜੀ ਉਹ ਬਣਾਇਆ ਨਹੀਂ। ਇਸੇ ਕਰਕੇ ਜਦੋਂ ਹੁਣੇ 15 ਅਗਸਤ ਲੰਘ ਕੇ ਗਈ ਆ, ਉਹਨਾਂ ਦਿਨਾਂ ਦੇ ਦੌਰਾਨ ਇਹ ਗੱਲ ਚੱਲਦੀ ਆ ਨਾ ਵੀ ਇਸ ਉਜਾੜੇ ਤੇ ਇਸ ਕਤਲੋ ਗਾਰਤ ਨੂੰ ਜਸ਼ਨਾਂ ਦੇ ਰੂਪ ਦੇ ਵਿੱਚ ਕਿਵੇਂ ਮਨਾਈਏ, ਜਿਹਨਾਂ ਦੇ ਟੱਬਰਾਂ ਦੇ ਜੀ ਮਾਰੇ ਗਏ ਇਹਦੇ ਵਿੱਚ, ਉਹਨਾਂ ਨੂੰ ਤਾਂ ਅੱਜ ਤੱਕ ਸਾਰਾ ਕੁਛ ਇਹ ਯਾਦ ਹੈ। ਔਰ ਜਿਹੜੇ ਵਿਛੜੇ
ਉਹ ਵੱਖਰੀ ਜਗ੍ਹਾ ਦੇ ਉੱਤੇ ਤਰਸੀ ਜਾਂਦੇ, ਜਿੰਨੇ ਜਿਹੜਾ ਵੀ ਉਹ ਬਚਦੇ ਨੇ ਇਹਦੇ ਵਿੱਚੋਂ, ਬੜੀਆਂ ਸਾਰੀਆਂ ਕਹਾਣੀਆਂ ਸਾਹਮਣੇ ਆਉਂਦੀਆਂ ਨੇ। ਹੁਣ ਜਿਹੜਾ ਜੀ ਇਹ ਸਮਾਰਕ ਦਾ ਪ੍ਰੋਜੈਕਟ BSF ਦੇ ਉਦੋਂ ਦੇ DIG ਦੇ ਰਾਹੀਂ ਪਾਸ ਕਰਵਾਇਆ ਗਿਆ ਸੀ, ਬਾਅਦ 'ਚ ਇਹਦੀ ਥਾਂ ਚੁਣੀ ਗਈ। ਇਹ ਨਹੀਂ ਹੈਗਾ ਕਿ ਐਵੇਂ ਚੁੱਕ ਕੇ ਏਡੇ ਏਡੇ ਨਾਮਵਰ ਜਿਹੜੇ ਲੋਕ ਸੀ ਉੱਥੇ ਚਲੇ ਗਏ, ਬਕਾਇਦਾ ਤੌਰ ਦੇ ਉੱਤੇ ਇਹਦੀ ਪਰਮਿਸ਼ਨ ਜਿਹੜੀ ਸੀ ਉਹ ਲਈ ਗਈ ਸੀ। ਲੈਂਦੇ ਤੇ ਚੜ੍ਹਦੇ ਪੰਜਾਬ ਦੇ ਆਗੂਆਂ ਦੇ ਲੋਕ ਆਗੂ ਤੇ ਲੋਕਾਂ ਨੇ ਇੱਥੇ ਜਾ ਕੇ ਸਿੱਜਦੇ ਜਿਹੜੇ ਜੀ ਉਹ ਕੀਤੇ ਸੀਗੇ। ਉਸ ਵੇਲੇ ਰਾਜਾ ਪੋਰਸ ਹਿੰਦ ਪਾਕ ਪੰਜਾਬੀ ਮਿੱਤਰਤਾ ਮੇਲੇ ਵੀ ਲਾਏ ਗਏ, ਇਹਨੂੰ ਚੁੱਪ ਚੁਪੀ ਤੇ ਢਾ ਦਿੱਤਾ ਗਿਆ। ਢਾਉਣ ਤੋਂ ਪਹਿਲਾਂ ਕੋਈ ਸੂਚਨਾ ਵੀ ਜਿਹੜੀ ਨਹੀਂ ਦਿੱਤੀ ਗਈ। ਇਹਦੇ ਨਾਲ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਖਾਸ ਤੌਰ ਦੇ ਉੱਤੇ ਉਹ ਪੰਜਾਬੀ ਜਿਹੜੇ ਲਹਿੰਦੇ ਚੜ੍ਹਦੇ ਪੰਜਾਬ ਦੀ ਇੱਕਜੁੱਟਤਾ, ਕਿਉਂਕਿ ਬੋਲੀ ਸਾਂਝੀ ਹੈ ਔਰ ਇਸ ਕਤਲੋ ਗਾਰਤ ਦੇ ਵਿਰੋਧ ਦੇ ਵਿੱਚ ਨੇ, ਉਹਨਾਂ ਸਾਰਿਆਂ ਦੇ ਵਿੱਚ ਰੋਸ ਹੈ। ਜਿਹੜੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਹੈ ਉਹਦੇ ਜਿਹੜੇ ਅਧਿਕਾਰੀ ਨੇ ਉਹ ਕਹਿੰਦੇ ਆ ਕਿ ਇਹਨੂੰ ਤੋੜਨ ਵੇਲੇ ਸਥਾਪਿਤਗੀ ਧਿਰ ਨੂੰ ਭਰੋਸੇ ਵਿੱਚ ਨਾ ਲੈਣ ਦੀ ਗਲਤੀ ਹੋਈ ਹੈ, ਪਰ ਇਹ ਕਿਹਾ ਕਿ ਇਹ ਕਾਰਵਾਈ ਕਿਸੇ ਗਲਤ ਮੰਤਵ ਦੇ ਨਾਲ ਨਹੀਂ ਕੀਤੀ ਗਈ। ਕਹਿੰਦੇ ਸੁੰਦਰੀਕਰਨ ਦਾ ਪ੍ਰੋਜੈਕਟ ਜਿਹੜਾ ਜੀ ਉਹ ਇੱਥੇ ਚੱਲ ਰਿਹਾ, ਸੁੰਦਰੀਕਰਨ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੀ ਚੀਜ਼ ਜਿਹੜੀ ਦੀ ਉਹ ਉਡਾ ਦਿਓਗੇ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਇਹ ਕਿਹਾ ਜਾ ਰਿਹਾ ਕਿ ਇੱਕ ਗੋਲ ਚੱਕਰ ਬਣਾਇਆ ਜਾਊਗਾ ਉੱਥੇ, ਇਹਨੂੰ ਸਥਾਪਿਤ ਮੁੜ ਕੇ ਜਿਹੜਾ ਉਹ ਕੀਤਾ ਜਾਊਗਾ, ਸਥਾਪਿਤ ਕੀਤਾ ਜਾਊਗਾ, ਗੋਲ ਚੱਕਰ ਬਣਾਇਆ ਜਾਊਗਾ। ਇਹ ਕੱਲ ਦੀਆਂ ਗੱਲਾਂ ਨੇ, ਇੱਕ ਵਾਰੀ ਤਾਂ ਬਿਨਾਂ ਕਿਸੇ ਪੁੱਛੇ ਤੋਂ ਇਹਨੂੰ ਤਹਿਸ ਨਹਿਸ ਕਰਤਾ ਨਾ, ਫਿਰ ਵੀ ਚਲੋ ਜੇ ਸਾਹਮਣੇ ਆ ਗਿਆ ਮਾਮਲਾ ਉੱਠਣਾ ਸ਼ੁਰੂ ਹੋ ਗਿਆ, ਕਮ ਸੇ ਕਮ ਪਤਾ ਲੱਗ ਗਿਆ, ਨਹੀਂ ਤਾਂ ਪਤਾ ਵੀ ਨਹੀਂ ਸੀ ਲੱਗਣ ਦੇਣਾ ਜੀ। ਪਰ ਚੱਕਣਾ ਹੀ ਕਿਉਂ ਆ ਜਦ ਕਿ ਨਵੀਆਂ ਤੋਂ ਨਵੀਆਂ ਹੋਰ ਬਣ ਰਹੀਆਂ ਇਹ ਚੀਜ਼ਾਂ, ਤੇ ਮਹਿੰਗੀ ਬਿਜਲੀ ਤੇ ਸਮਝੌਤਿਆਂ ਦੇ ਵਿੱਚ ਮੌਜੂਦਾ ਜਨਰਲ ਐਡਵੋਕੇਟ ਦੀ ਭੂਮਿਕਾ ਸਾਹਮਣੇ ਆਈ। ਦੇਖੋ ਮਹਿੰਗੀ ਬਿਜਲੀ ਦੇ ਸਮਝੌਤੇ ਕਿਵੇਂ ਹੋਏ ਇਹਦੇ ਉੱਤੇ ਬਹੁਤ ਕੁਝ ਜਿਹੜਾ ਸੀ ਉਹ ਚੱਲਦਾ ਰਹਿੰਦਾ, ਔਰ ਜਦੋਂ ਇਹ ਸਰਕਾਰ ਨਹੀਂ ਸੀ ਬਣੀ ਉਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ, ਅੱਜ ਵੀ ਉਹ ਪ੍ਰਧਾਨ ਨੇ, ਉਹ ਬਹੁਤ ਸਾਰਾ ਕੁਛ ਜਿਹੜਾ ਸੀ ਉਹ ਸਾਹਮਣੇ ਲਿਆਉਂਦੇ ਹੁੰਦੇ ਸੀਗੇ ਕਿ ਸਾਡੀ ਸਰਕਾਰ ਆਉਣ ਦਿਓ, ਉਦੋਂ ਬਾਅਦ ਅਸੀਂ ਫਿਰ ਇਹਨਾਂ ਸਮਝੌਤਿਆਂ ਦੇ ਉੱਤੇ ਜਿਹੜਾ ਜੀ ਨਜ਼ਰਸਾਨੀ ਕਰਾਂਗੇ। ਨਜ਼ਰਸਾਨੀ ਕਿਵੇਂ ਕਰਨੀ ਸੀ, ਕੀਤਾ, 4 ਸਾਲ ਹੋਣ ਲੱਗੇ ਆ, ਅਜੇ ਤੱਕ ਜਿਹੜਾ ਜੀ ਕੋਈ ਨਜ਼ਰਸਾਨੀ ਵਾਲੀ ਗੱਲ ਕਿਤੋਂ ਦਿਸੀ ਨਹੀਂ। ਪੰਜਾਬ ਦੇ ਲੋਕਾਂ ਦੀ ਲੁੱਟ ਜਿਹੜੀ ਮਹਿੰਗੀ ਬਿਜਲੀ ਕਰਕੇ ਉਸੇ ਤਰੀਕੇ ਦੇ ਨਾਲ ਹੋਈ ਤੁਰੀ ਜਾਂਦੀ ਹੈ। ਐਡਵੋਕੇਟ ਜਨਰਲ ਪੰਜਾਬ ਦੇ ਕਾਨੂੰਨੀ ਮਸ਼ਵਰੇ ਨੇ ਮਹਿੰਗੇ ਬਿਜਲੀ ਸਮਝੌਤਿਆਂ ਦੇ ਨਵੇਂ ਰਾਜ ਜਿਹੜੇ ਆ ਜੀ ਉਹ ਬਾਹਰ ਕੱਢੇ ਆ। ਸੀਨੀਅਰ ਅਫਸਰਾਂ ਦੇ ਉੱਤੇ ਉਂਗਲ ਧਰੀ ਗਈ ਹੈ, ਮੁੱਖ ਇੰਜੀਨੀਅਰ ਦੀ ਗੁਪਤ ਰਿਪੋਰਟ ਕਈ ਸਵਾਲ ਖੜੇ ਕਰ ਰਹੀ ਹੈ। ਮਹਿੰਗੇ ਬਿਜਲੀ ਸਮਝੌਤੇ ਕਿਉਂ ਦਬਾਈ, ਬਿਜਲੀ ਸਮਝੌਤਿਆਂ ਦੇ ਨਾਲ ਨਵਾਂ ਵਿਵਾਦ ਜਿਹੜਾ ਜੀ ਉਹ ਜੁੜ ਗਿਆ। ਐਡਵੋਕੇਟ ਜਨਰਲ ਦੇ ਵੱਲੋਂ ਦਿੱਤੇ ਗਏ ਕਾਨੂੰਨੀ ਮਸ਼ਵਰੇ 18 ਫਰਵਰੀ 2020 ਨਵੇਂ ਆ। ਇੱਥੋਂ ਇਹ ਲੱਗਦਾ ਕਿ ਕਿਵੇਂ ਮੰਤਰੀ ਮੰਡਲ ਦਾ ਫੈਸਲਾ ਅਣਡਿੱਠ ਕਰਕੇ ਨਵੇਂ ਫੈਸਲੇ ਅਫਸਰਾਂ ਦੇ ਪੱਧਰ ਦੇ ਉੱਤੇ ਲਏ ਗਏ। ਇਹ ਜਿਹੜੇ ਗੁਪਤ ਦਸਤਾਵੇਜ਼ ਨੇ, ਪੰਜਾਬ ਸਰਕਾਰ ਨੇ ਪ੍ਰਾਈਵੇਟ ਥਰਮਲਾਂ ਲਈ ਜਿਹੜਾ ਕੋਲਾ ਬਿਜਲੀ ਬੋਰਡ ਦੀ ਆਪਣੀ ਜਿਹੜੀ ਪਛਵਾੜਾ ਝਾਰਖੰਡ ਖਾਣ ਦੀ ਬਜਾਏ ਕੋਲ ਇੰਡੀਆ ਤੋਂ ਮਹਿੰਗਾ ਕੋਲਾ ਲਿਆ। ਐਡਵੋਕੇਟ ਜਨਰਲ ਦੀ ਰਾਏ ਦੇ ਅਨੁਸਾਰ ਇਹ ਫੈਸਲਾ ਲੈਣ 'ਚ ਸੀਨੀਅਰ ਅਫਸਰਾਂ ਦੀ ਭੂਮਿਕਾ ਰਹੀ ਹੈ। ਨਤੀਜੇ ਦੇ ਵਜੋਂ ਇਕੱਲੇ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਸਾਲਾਨਾ ਕਰੀਬ 300 ਕਰੋੜ ਦਾ ਬੋਝ ਖਪਤਕਾਰ ਚੁੱਕਣਗੇ ਜਿਹੜੇ ਬਿਜਲੀ ਵਰਤਦੇ ਆ। ਔਰ ਕੈਪਟਨ ਸਰਕਾਰ ਦੇ ਵੇਲੇ ਕੈਬਨਿਟ ਨੇ 6 ਸਤੰਬਰ 2006 ਨੂੰ 2000 ਮੈਗਾਵਾਟ ਦੇ ਥਰਮਲ ਲਾਏ ਜਾਣ ਨੂੰ ਸਿਧਾਂਤਕ ਪ੍ਰਵਾਨਗੀ ਦਿੱਤੀ। ਫੈਸਲਾ ਲਿਆ ਗਿਆ ਸੀਗਾ ਕਿ ਪਚਵਾੜਾ ਕੋਲਾ ਖਾਣ ਤੋਂ ਕੋਲਾ ਲਿਆ ਜਾਵੇ, ਜਿੱਥੇ 3000 ਮੈਗਾਵਾਟ ਬਿਜਲੀ ਉਤਪਾਦਨ ਦੇ ਲਈ ਕੋਲਾ 30 ਤੇ 40 ਵਰ੍ਹਿਆਂ ਲਈ ਮੌਜੂਦ ਜਿਹੜਾ ਜੀ ਉਹ ਸੀਗਾ। ਗੱਠਜੋੜ ਸਰਕਾਰ ਨੇ ਆਉਂਦਿਆਂ ਸਾਰ ਤਲਵੰਡੀ ਸਾਬੋ ਤੇ ਨਾਭਾ ਪਾਵਰ ਲਿਮਿਟਡ ਤਹਿਤ 2 ਸਪੈਸ਼ਲ ਪਰਪਜ਼ ਵਹੀਕਲ ਦਾ ਗਠਨ ਕੀਤਾ, ਜਿਹਦਾ ਸੀਨੀਅਰ ਅਧਿਕਾਰੀਆਂ ਨੂੰ ਚੇਅਰਮੈਨ ਜਿਹੜਾ ਸੀ ਉਹ ਲਾਇਆ ਗਿਆ। ਦਸਤਾਵੇਜ਼ ਹੀ ਕਹਿੰਦੇ ਆ ਕਿ ਸਮੱਸਿਆ ਉਦੋਂ ਸ਼ੁਰੂ ਹੋਈ ਜਦੋਂ ਦੋਵਾਂ ਥਰਮਲਾਂ ਦੀ ਸਮਰੱਥਾ 2000 ਮੈਗਾਵਾਟ ਤੋਂ ਵਧਾ ਕੇ 3380 ਕਰ ਦਿੱਤੀ ਗਈ ਤੇ ਪਛਵਾੜਾ ਕੋਲਾ ਖਾਣ ਤੋਂ ਸਸਤਾ ਕੁਆਲਿਟੀ ਵਾਲਾ ਕੋਲਾ ਲੈਣ ਤੋਂ ਮੂੰਹ ਫੇਰ ਲਿਆ ਗਿਆ। ਬਿਜਲੀ ਬੋਰਡ ਦੇ ਉਦੋਂ ਦੇ ਡਾਇਰੈਕਟਰ ਇੰਜੀਨੀਅਰ KV ਬਾਂਸਲ ਨੇ ਆਪਣੀ ਰਾਏ ਦਿੰਦਿਆਂ ਹੋਇਆ ਸੁਝਾਅ ਦਿੱਤਾ ਕਿ ਬਿਜਲੀ ਬੋਰਡ ਦੇ ਬੋਰਡ ਆਫ ਡਾਇਰੈਕਟਰ ਨੇ 18 ਜੁਲਾਈ 2006 ਦੀ ਮੀਟਿੰਗ ਤੇ ਕੈਬਨਿਟ ਨੇ 6 ਸਤੰਬਰ 2006 ਦੀ ਮੀਟਿੰਗ ਦੇ ਵਿੱਚ ਪਛਵਾੜਾ ਕੋਲਾ ਖਾਣ ਦੀ ਕੋਲਾ ਵਰਤਣ ਦੀ ਵਰਤੇ ਜਾਣ ਦੇ ਨਾਲ ਬਿਜਲੀ ਪਰ ਯੂਨਿਟ 20 ਤੋਂ 25 ਪੈਸੇ ਦੀ ਹੋਏਗੀ, ਜਿਹਦੇ ਨਾਲ
ਬਿਜਲੀ ਬੋਰਡ ਨੂੰ ਸਾਲਾਨਾ 300 ਕਰੋੜ ਰੁਪਈਏ ਦੀ ਬਜਟ ਹੋਊਗੀ। ਇਹਦੇ ਉਲਟ ਪ੍ਰਾਈਵੇਟ ਥਰਮਲਾਂ ਦੇ ਕੋਲੇ ਕੋਲ ਇੰਡੀਆ ਤੋਂ ਕੋਲਾ ਲੈਣ ਦਾ ਫੈਸਲਾ ਹੋਇਆ ਜੋ ਘੱਟ ਗ੍ਰੇਡ ਵਾਲਾ, ਜਿਹਦੇ ਨਾਲ ਬਿਜਲੀ ਟੈਰਿਫ ਵੱਧ ਗਿਆ। ਐਡਵੋਕੇਟ ਜਨਰਲ ਦੇ ਕਾਨੂੰਨੀ ਮਸ਼ਵਰੇ ਦੀ ਲੜੀ ਜਿਹੜੀ ਆ ਉਹਦੇ ਵਿੱਚ ਇਹ ਆ, ਹੈਰਾਨੀ ਵਾਲੀ ਗੱਲ ਵੱਡੀ ਇਹ ਆ ਕਿ ਪਿਛਵਾੜਾ ਕੋਲਾ ਖਾਣ ਤੋਂ ਕੋਲਾ ਲੈਣ ਤੇ ਕੈਬਨਿਟ ਮੀਟਿੰਗ ਦੇ ਫੈਸਲੇ ਦੇ ਬਾਰੇ ਮੁੱਖ ਇੰਜੀਨੀਅਰ ਪ੍ਰੋਜੈਕਟ ਨੇ ਉਦੋਂ ਦੇ ਮੈਂਬਰ ਤੇ ਸਕੱਤਰ 4 ਦਸੰਬਰ 2007 ਨੂੰ ਮਾਮਲਾ ਵਿਚਾਰਿਆ। ਮੁੱਖ ਇੰਜੀਨੀਅਰ ਵੱਲੋਂ ਚਿੱਠੀ ਦੇ ਉੱਤੇ ਖੁਦ ਦਿੱਤੀ ਨੋਟਿੰਗ ਦੇ ਅਨੁਸਾਰ ਪਿਛਵਾੜਾ ਕੋਲਾ ਖਾਣ ਤੋਂ ਕੋਲਾ ਲੈਣ ਦੀ ਤਜਵੀਜ਼ ਅਧਿਕਾਰੀਆਂ ਦੇ ਪੱਧਰ ਦੇ ਉੱਤੇ ਰੱਦ ਕਰ ਦਿੱਤੀ। ਮੌਜੂਦਾ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੇ 1 ਜਨਵਰੀ 2020 ਨੂੰ ਮੁੱਖ ਲਿਖ ਕੇ ਕਿਹਾ ਸੀਗਾ ਕਿ ਅਧਿਕਾਰੀਆਂ ਦੀ ਗੈਰ ਸੰਜੀਦਗੀ ਦਾ ਖਮਿਆਜ਼ਾ ਆਮ ਖਪਤਕਾਰ ਜਿਹੜੇ ਨੇ ਉਹਨਾਂ ਨੂੰ ਭੁਗਤਣਾ ਪਊਗਾ। ਐਡਵੋਕੇਟ ਜਨਰਲ ਨੇ ਕਾਨੂੰਨੀ ਰਾਏ ਦਿੱਤੀ ਆ ਕਿ ਪੰਜਾਬ ਸਰਕਾਰ ਦੇ ਵੱਲੋਂ ਬਿਜਲੀ ਸਮਝੌਤਿਆਂ ਨੂੰ ਲੈ ਕੇ ਜਿਹੜਾ ਵਾਈਟ ਪੇਪਰ ਤਿਆਰ ਕੀਤਾ ਜਾ ਰਿਹਾ ਉਹਦੇ ਵਿੱਚ ਇਹਨਾਂ ਨੁਕਤਿਆਂ ਨੂੰ ਧਿਆਨ ਵਿੱਚ ਰੱਖਿਆ ਜਾਵੇ। 17 ਜਨਵਰੀ 2020 ਨੂੰ ਵਾਈਟ ਪੇਪਰ ਜਾਰੀ ਕਰਨ ਦੇ ਹੁਕਮ ਦਿੱਤੇ ਸੀਗੇ ਮੁੱਖ ਮੰਤਰੀ ਨੇ। ਵਾਈਟ ਪੇਪਰ ਦੇ ਵਿੱਚ AG ਤੇ ਮੁੱਖ ਇੰਜੀਨੀਅਰ ਦੇ ਪੱਖ ਨੂੰ ਸ਼ਾਮਿਲ ਕੀਤਾ ਜਾਊਗਾ ਜਾਂ ਨਹੀਂ। ਪੰਜਾਬ ਸਰਕਾਰ ਨੇ ਨਵੇਂ ਵਧੀਕ ਮੁੱਖ ਸਕੱਤਰ ਲਾਏ ਨੇ ਜਿਹਦਾ ਇਸ ਮਹਿਕਮੇ ਵਿੱਚ ਕੰਮ ਕਰਨ ਦਾ ਲੰਬਾ ਤਜਰਬਾ ਹੈ। ਔਰ ਵੇਖਣਾ ਇਹ ਹੋਊਗਾ ਕਿ ਇਹਦੇ ਵਿੱਚ ਇਹ ਸਾਰੀਆਂ ਗੱਲਾਂ ਜਿਹੜੀਆਂ ਦੀ ਉਹ ਆਉਂਦੀਆਂ ਨੇ ਜਾਂ ਜਿਹੜਾ ਦੀ ਉਹ ਨਹੀਂ। ਪਰ ਇੰਨਾ ਜ਼ਰੂਰ ਹੈ ਕਿ ਜਿਹੜੀ ਲੋਕਾਂ ਦੀ ਲੁੱਟ ਹੈ ਉਹ ਕਿਸੇ ਵੀ ਮਾਮਲੇ ਦੇ ਵਿੱਚ ਘਟੀ ਨਹੀਂ, ਬਲਕਿ ਉਹ ਵੱਧਦੀ ਗਈ ਹੈ ਪਿਛਲੇ ਸਾਲਾਂ ਦੇ ਦੌਰਾਨ, ਕਿਉਂਕਿ ਮਹਿਜ਼ ਪੱਗਾਂ ਦੇ ਰੰਗ ਜਿਹੜੇ ਵੀ ਬਦਲੇ ਨੇ, ਅਦਰਵਾਈਜ਼ ਹੋਰ ਕੁਛ ਨਹੀਂ ਬਦਲਿਆ। ਲੁੱਟ ਉਸੇ ਤਰੀਕੇ ਜੀ। ਲੌਂਗੋਵਾਲ ਨੂੰ ਵੱਖ ਵੱਖ ਜਥੇਬੰਦੀਆਂ ਨੇ ਸ਼ਰਧਾਂਜਲੀਆਂ ਦਿੱਤੀਆਂ, ਪਰ ਪੰਜਾਬ ਦੀਆਂ ਮੰਗਾਂ ਦਾ ਕਿਸੇ ਨੇ ਵੀ ਕੋਈ ਵੀ ਕੋਈ ਗੱਲਬਾਤ ਨਹੀਂ ਕੀਤੀ। ਦੇਖੋ ਕੱਲ ਵੀ ਇਸ਼ਤਿਹਾਰ ਜਿਹੜੇ ਦੀ ਲੱਗੇ ਸੀਗੇ ਦੋ, ਇੱਕ ਤਾਂ ਅਕਾਲੀ ਦਲ ਬਾਦਲ ਨੇ ਲਵਾਇਆ ਸੀ ਫੁੱਲ ਫੁੱਲ ਸਫਿਆਂ ਦਾ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਨੂੰ ਸ਼ਰਧਾਂਜਲੀ ਦੇਣ ਦਾ ਇਸ਼ਤਿਹਾਰ, ਉਹਦੇ ਵਿੱਚ ਇਹ ਕਿਤੇ ਜ਼ਿਕਰ ਨਹੀਂ ਸੀਗਾ ਕਿ ਲੌਂਗੋਵਾਲ ਹੋਰਾਂ ਦਾ ਕਤਲ ਕਿਉਂ ਹੋਇਆ। ਜੇ ਯਾਦ ਹੋਵੇ ਤਾਂ ਜਦੋਂ ਲੌਂਗੋਵਾਲ ਹੋਰਾਂ ਦਾ ਕਤਲ ਹੋਇਆ ਉਸ ਵੇਲੇ ਉਹਨਾਂ ਦੇ ਭੋਗ ਦੇ ਉੱਤੇ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਰੀ ਗਏ, ਉੱਥੋਂ ਨਿਕਲ ਕੇ ਫਿਰ ਉਸ ਭੋਗ ਦੇ ਉੱਤੇ ਵੀ ਗਏ ਜਿਹਨੇ ਹਰਚੰਦ ਸਿੰਘ ਲੌਂਗੋਵਾਲ ਨੂੰ ਕਤਲ ਕੀਤਾ। ਮੁੜ ਕੇ ਜਦੋਂ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਆਈ 2002 ਤੋਂ 7 ਤੱਕ, ਉਹਨਾਂ ਨੇ ਆ ਕੇ ਉਦੋਂ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦਾ ਜਿਹੜਾ ਇਹ ਬਰਸੀ ਸਮਾਗਮ ਸੀਗਾ ਇਹਨੂੰ ਕਰ ਦਿੱਤਾ ਵੀ ਇਹ ਸਰਕਾਰੀ ਤੌਰ ਦੇ ਉੱਤੇ ਮਨਾਇਆ ਜਾਊਗਾ। 1985 ਦੇ ਵਿੱਚ 20 ਜੁਲਾਈ ਨੂੰ ਕਤਲ ਕੀਤੇ ਗਏ ਹਰਚੰਦ ਸਿੰਘ ਲੌਂਗੋਵਾਲ ਦੇ ਕਤਲ ਦਾ ਮੁੱਖ ਕਾਰਨ ਪੰਜਾਬ ਸਮਝੌਤਾ ਸੀ, ਜਿਹਨੂੰ ਰਾਜੀਵ ਲੌਂਗੋਵਾਲ ਸਮਝੌਤੇ ਦੇ ਨਾਮ ਦੇ ਨਾਲ ਜਾਣਿਆ ਜਾਂਦਾ। ਕਪਤਾਨ ਸਾਹਿਬ ਉਦੋਂ ਸ਼ੁਰੂ ਕਰਾ ਕੇ ਮੁੜ ਕੇ ਤਾਂ ਨਹੀਂ ਕਦੀ ਗਏ ਉਸ ਸ਼ਰਧਾਂਜਲੀ ਸਮਾਗਮ ਦੇ ਉੱਤੇ। ਕੱਲ ਇਸ਼ਤਿਹਾਰ ਉਹਨਾਂ ਨੇ ਵੀ ਦਿੱਤੇ ਲੌਂਗੋਵਾਲ ਦੇ ਨਹੀਂ, ਰਾਜੀਵ ਗਾਂਧੀ ਹੋਰਾਂ ਦੇ ਜਨਮ ਦਿਨ ਦੇ, ਕਿਉਂਕਿ 20 ਜੁਲਾਈ ਨੂੰ ਰਾਜੀਵ ਗਾਂਧੀ ਹੋਰਾਂ ਦਾ ਜਨਮ ਦਿਨ ਹੁੰਦਾ, ਕਿਉਂਕਿ ਇਹ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਅਹਿਮ ਦਸਤਾਵੇਜ਼ ਸੀ ਜਿਹੜਾ ਪੰਜਾਬ ਸਮਝੌਤਾ। ਪਹਿਲੀ ਵਾਰੀ ਸੀ ਇਤਿਹਾਸ ਦੇ ਵਿੱਚ ਕਿ ਕਿਸੇ ਪ੍ਰਧਾਨ ਮੰਤਰੀ ਨੇ ਇੱਕ ਖੇਤਰੀ ਪਾਰਟੀ ਦੇ ਮੁਖੀ ਦੇ ਨਾਲ ਕੋਈ ਸਮਝੌਤਾ ਸਾਈਨ ਕੀਤਾ ਹੋਵੇ, ਕੋਈ ਕਲਮਬੰਦ ਜਿਹੜਾ ਜੀ ਸਾਈਨ ਕੀਤਾ ਹੋਵੇ। ਹੁਣ ਕੱਲ੍ਹ ਜਿਹੜੇ ਲੌਂਗੋਵਾਲ ਦੇ ਵਿੱਚ ਸਮਾਗਮ ਹੋਏ ਉਹਦੇ 'ਚ ਜਿਹੜੇ ਕੈਬਨਿਟ ਮੰਤਰੀ ਹੈ ਸਾਧੂ ਸਿੰਘ ਧਰਮਸੋਤ ਹੋਰੀ ਜਿਹੜਾ ਵੀ ਗਏ ਤੇ ਲੋਕਲ ਜਿਹੜੇ ਉੱਥੋਂ ਉਹਨਾਂ ਦੇ ਕਾਂਗਰਸੀ ਸੀ ਉਹ ਸ਼ਾਮਿਲ ਸੀਗੇ। ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਆਪਣਾ ਜਿਹੜਾ ਸੀ ਸਮਾਗਮ ਲਾਇਆ, ਇਹ ਕਿਹਾ ਕਿ ਲੌਂਗੋਵਾਲ ਹੋਰਾਂ ਦੀ ਸੋਚ ਦੇ ਉੱਤੇ ਪਹਿਰਾ ਦਿੱਤਾ ਜਾਊਗਾ, ਔਰ ਇਹ ਕਿਹਾ ਕਿ ਜਿਹੜਾ ਇਹ ਅਕਾਲੀ ਦਲ ਹੈ ਉਹ ਸਿਧਾਂਤਕ ਤੇ ਅਸੂਲਾਂ ਦੇ ਉੱਤੇ ਪਹਿਰਾ ਦੇਊਗਾ, ਪੰਥਕ ਏਜੰਡਿਆਂ ਤੋਂ ਪਿੱਛੇ ਨਹੀਂ ਹਟੂਗਾ। ਸਮਾਗਮ ਅਕਾਲੀ ਦਲ ਬਾਦਲ ਨੇ ਵੀ ਲਾਇਆ, ਉਹਦੇ ਵਿੱਚ ਆਪਣੇ ਨਾਮ ਦੇ ਨਾਲ ਪਿੱਛੇ ਲਾਈ ਫਿਰਦੇ ਲੌਂਗੋਵਾਲ ਜਿਹੜੇ ਕਿ ਕਿਸੇ ਟਾਈਮ ਹਰਚਰਨ ਸਿੰਘ ਲੌਂਗੋਵਾਲ ਉਹਨਾਂ ਦੇ ਡਰਾਈਵਰ ਹੁੰਦੇ ਸੀ, ਗੋਬਿੰਦ ਸਿੰਘ ਲੌਂਗੋਵਾਲ ਪਹੁੰਚੇ ਉਹਨਾਂ ਦੇ ਜਿਹੜਾ ਦੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਹੁੰਚਣਾ ਸੀ ਨਹੀਂ ਪਹੁੰਚੇ, ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰੀ ਪਹੁੰਚ ਗਏ। ਇਹ ਗੱਲ ਉੱਥੇ ਕਹੀ ਕਿ ਹਰਚੰਦ ਸਿੰਘ ਲੌਂਗੋਵਾਲ ਦਾ ਰਾਜਨੀਤੀ ਦੇ ਵਿੱਚ ਆਉਣਾ ਵੀ ਸਿੱਖ ਧਰਮ ਦੀ ਮਰਿਆਦਾ ਅਨੁਸਾਰ ਜਾਇਜ਼ ਸੀ। ਇਹ ਕਿਹਾ ਕਿ ਰਾਜਨੀਤੀ ਤੇ ਧਰਮ ਜਿਹੜੀ ਆ ਉਹ ਇਕੱਠੀ ਆ ਸਿੱਖਾਂ ਦੀ ਤੇ ਇਹ ਇਕੱਠੀ ਰਹਿਣੀ ਚਾਹੀਦੀ ਆ। ਇਹ ਵੀ ਕਿਹਾ ਕਿ ਜਿਹੜੇ ਨੌਜਵਾਨ ਨੇ ਉਹ ਰਾਜਨੀਤੀ ਦੇ ਵਿੱਚ ਵੀ ਆਉਣ ਤੇ ਧਾਰਮਿਕ ਤੌਰ ਦੇ ਉੱਤੇ ਵੀ ਲੀਡਰਸ਼ਿਪ ਸੰਭਾਲਣ, ਕਹਿ ਦੇਣਾ ਸੌਖਾ ਹੁੰਦਾ ਕਿਹੜਾ ਆਉਣ ਦਿੰਦਾ ਆਮ ਬੰਦੇ ਨੂੰ। ਇਹਨਾਂ ਨੇ ਜਿਹੜਾ ਸੀਗਾ ਜੀ ਉੱਥੇ ਲੌਂਗੋਵਾਲ ਨੂੰ ਸ਼ਰਧਾਂਜਲੀਆਂ ਦਿੱਤੀ। ਜੇ ਅੱਜ ਨਵੀਂ ਪੀੜ੍ਹੀ ਨੂੰ ਪੁੱਛਣਾ ਹੋਵੇ ਕਿ ਲੌਂਗੋਵਾਲ ਨੂੰ ਸ਼ਰਧਾਂਜਲੀਆਂ ਦੇਣ ਵਾਲੇ ਜਿਹੜੇ ਜੀ ਉਹ ਕਿਉਂ ਗਏ ਸੀ, ਉਹਦਾ ਕਤਲ ਕਿਉਂ ਹੋਇਆ ਸੀ, ਰਾਜੀਵ ਲੌਂਗੋਵਾਲ ਸਮਝੌਤਾ ਕੀ, ਸ਼ਾਇਦ ਹੀ ਕਿਸੇ ਨੂੰ ਜਿਹੜਾ ਜੀ ਉਹ ਪਤਾ ਹੋਵੇ, ਕਿਉਂਕਿ ਉਹ ਦਸਤਾਵੇਜ਼ ਤਾਂ ਲੁਕਾ ਲਿਆ ਗਿਆ ਇੱਕ ਕਿਸਮ ਦੇ ਨਾਲ। ਚਲੋ ਦਸਤਾਵੇਜ਼ ਦਾ ਤੁਸੀਂ ਜ਼ਿਕਰ ਨਾ ਕਰੋ, ਦਸਤਾਵੇਜ਼ ਲਾਂਭੇ ਕਰ ਦਿਓ, ਉਹਦਾ ਪਾਸੇ ਕਰ ਦਿਓ, ਪਰ ਜਿਹੜੀਆਂ ਪੰਜਾਬ ਦੀਆਂ ਮੰਗਾਂ ਜਿਹਨੂੰ ਲੈ ਕੇ ਧਰਮਯੁੱਧ ਮੋਰਚਾ ਲੱਗਿਆ, ਧਰਮਯੁੱਧ ਮੋਰਚੇ ਤੋਂ ਬਾਅਦ ਸਾਕਾ ਨੀਲਾ ਤਾਰਾ ਹੋਇਆ
ਔਰ ਉਦੋਂ ਬਾਅਦ ਇਹ ਪੰਜਾਬ ਸਮਝੌਤਾ ਹੋਇਆ ਕਿੰਨਾ ਗਵਾਇਆ ਇਸ ਸਭ ਕਾਸੇ ਦੇ ਵਿੱਚ ਤੇ ਕੀ ਖੱਟਿਆ ਇਸ ਚੀਜ਼ ਦੇ ਉੱਤੇ। ਕਮ ਸੇ ਕਮ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਕੋਈ ਤਾਂ ਬਹਿਸ ਜਿਹੜੀ ਦੀ ਉਹ ਤੁਰਨੀ ਚਾਹੀਦੀ ਹੈ ਤਾਂ ਕਿ ਅਗਲੀਆਂ ਪੀੜ੍ਹੀਆਂ ਨੂੰ ਵੀ ਜਿਹੜਾ ਵੀ ਉਹ ਪਤਾ ਲੱਗੇ ਜਿਹਨਾਂ ਨੇ ਕੱਲ੍ਹ ਨੂੰ ਸੰਭਾਲਣਾ ਕਿ ਪੰਜਾਬ ਜੇ ਅੱਜ ਫਸਿਆ ਉਹਦੇ ਪਿੱਛੇ ਕਿਹੜੇ ਲੋਕ ਜਿਹੜੇ ਦੀ ਉਹ ਸ਼ਾਮਿਲ ਸਨ ਜਿਨ੍ਹਾਂ ਨੇ ਮੌਜੂਦਾ ਸਥਿਤੀ ਦੇ ਵਿੱਚ ਜਿਹੜਾ ਦੀ ਉਹ ਲਿਆਂਦਾ ਇੱਕ ਦਿਨ ਸਾਲ ਦੇ ਵਿੱਚੋਂ ਉੱਥੇ ਬਰਸੀ ਦੇ ਉੱਤੇ ਸਮਾਗਮ ਜਿਹੜਾ ਦੀ ਉਹ ਕਰਕੇ ਇਹ ਇਹ ਲੋਕ ਜਿਹੜੇ ਵੱਖ ਵੱਖ ਸਿਆਸੀ ਪਾਰਟੀਆਂ ਵਾਲੇ ਆ ਇਹ ਆਪਣੀ ਜ਼ਿੰਮੇਵਾਰੀ ਪੂਰੀ ਹੋਈ ਸਮਝਦੇ ਆ ਜੀ। ਕਿਸੇ ਨੇ ਜ਼ਿਕਰ ਨਹੀਂ ਕੀਤਾ ਰਾਜੀਵ ਲੌਂਗੋਵਾਲ ਸਮਝੌਤੇ ਦਾ, ਕਿਸੇ ਨੇ ਜ਼ਿਕਰ ਨਹੀਂ ਕੀਤਾ ਰਾਜਾਂ ਨੂੰ ਵੱਧ ਅਧਿਕਾਰ ਦੇਣ ਵਾਲੇ ਮਤੇ ਦਾ, ਆਨੰਦਪੁਰ ਸਾਹਿਬ ਦਾ ਜਿਹੜਾ ਮਤਾ, ਪਾਣੀਆਂ ਦੇ ਬਾਰੇ ਦੇ ਵਿੱਚ ਟ੍ਰਿਬਿਊਨਲ ਬਣਾਉਣ ਦੀ ਗੱਲ ਸੀ, ਪੰਜਾਬੀ ਬੋਲਦੇ ਇਲਾਕੇ ਜਿਹੜੇ ਉਹ ਪੰਜਾਬ ਨੂੰ ਸੌਂਪਣ ਦੀ ਗੱਲ ਸੀ, ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਜ਼ਿਕਰ ਸੀਗਾ ਜੀ ਉਸ ਸਮਝੌਤੇ ਦੇ ਵਿੱਚ ਜੀ, ਉਹਨੂੰ ਸਭ ਇਹ ਦੱਬ ਕੇ ਜਿਹੜਾ ਜੀ। ਜੀ ਅੱਗੇ ਗੱਲ ਕਰਦੇ ਹਾਂ, ਰੋਪੜ ਏਰੀਏ ਦੇ ਵਿੱਚ ਸੀਬੀਆਈ ਦੀ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਗੁੰਡੇ ਭੱਜੇ। ਐਕਚੁਅਲੀ ਕੀ ਹੈ ਜੀ, ਇੱਥੇ ਜਿਹੜਾ ਰੋਪੜ ਦੇ ਵਿੱਚ ਹੈ, ਰੋਪੜ ਦੇ ਵਿੱਚ ਨਹੀਂ ਸਾਰੇ ਪੰਜਾਬ ਦੇ ਵਿੱਚ ਹੀ ਜਿਹੜੀ ਰੇਤਾ ਦਾ ਮਾਫੀਆ ਇਸ ਵੇਲੇ ਪੂਰਾ ਸਰਗਰਮ ਹੈ, ਔਰ ਹਾਈਕੋਰਟ ਦੇ ਵਿੱਚ ਇੱਕ ਸਮਾਜ ਸੇਵੀ ਦੀ ਸ਼ਿਕਾਇਤ ਦੇ ਉੱਤੇ ਰੋਪੜ ਖੇਤਰ ਦੇ ਵਿੱਚ ਕ੍ਰਸ਼ਰ ਮਾਲਕਾਂ ਤੋਂ ਗੁੰਡਾ ਟੈਕਸ ਵਸੂਲਣ ਦੇ ਮਾਮਲੇ 'ਚ ਇਹ ਹਾਈਕੋਰਟ 'ਚ ਗਿਆ ਸੀ। ਹਾਈਕੋਰਟ ਦੇ ਵਿੱਚ ਲਿਖ ਕੇ ਪੰਜਾਬ ਸਰਕਾਰ ਨੇ ਦਿੱਤਾ ਵੀ ਉੱਥੇ ਕੋਈ ਗੁੰਡਾ ਟੈਕਸ ਨਹੀਂ ਹੈਗਾ, ਉੱਥੇ ਕਿਸੇ ਕਿਸਮ ਦੀ ਕੋਈ ਮਾਈਨਿੰਗ ਨਹੀਂ ਹੋ ਰਹੀ, ਨਜਾਇਜ਼ ਮਾਈਨਿੰਗ ਨਹੀਂ ਹੋ ਰਹੀ। ਹਾਈਕੋਰਟ ਨੇ ਜਿਹੜਾ ਚੀਫ ਜੁਡੀਸ਼ੀਅਲ ਮੈਜਿਸਟਰੇਟ ਆ ਉਹਦੀ ਡਿਊਟੀ ਲਾ ਦਿੱਤੀ, ਉਹਨੇ ਆਪਣੇ ਤੌਰ ਦੇ ਉੱਤੇ ਬਿਨਾਂ ਸਿਕਿਉਰਿਟੀ ਲਏ ਤੋਂ ਆਪਣੀ ਕਾਰ ਵਰਤੇ ਤੋਂ ਸਾਰਾ ਕੁਛ ਪਤਾ ਲਾ ਲਿਆ, ਕਿੱਥੇ ਕਿੱਥੇ ਗੁੰਡੇ ਬੈਠੇ ਆ, ਕਿੱਥੇ ਕਿੱਥੇ ਗੁੰਡਾ ਪਰਚੀ ਕੱਟੀ ਜਾ ਰਹੀ ਆ, ਸਾਰੀ ਰਿਪੋਰਟ ਜਿਹੜੀ ਸੀ ਉਹ ਹਾਈਕੋਰਟ 'ਚ ਲਾ ਤੀ। ਹਾਈਕੋਰਟ ਨੇ ਇਹਦੀ ਗੰਭੀਰਤਾ ਨੂੰ ਵੇਖਦਿਆਂ ਹੋਇਆ ਇਸ ਖੇਤਰ ਦੀ ਜਾਂਚ CBI ਨੂੰ ਸੌਂਪ ਦਿੱਤੀ। CBI ਨੇ ਅਜੇ ਜਾਂਚ ਜਿਹੜੀ ਹੈ ਜੀ ਉਹ ਸ਼ੁਰੂ ਕਰਨੀ ਹੈ ਤੇ ਉਹਦੇ ਕੋਲ ਮਾਮਲਾ ਜ਼ਰੂਰ ਜਿਹੜਾ ਜੀ ਇਹ ਚਲੇ ਗਿਆ। ਹੁਣ ਰੋਪੜ ਖੇਤਰ ਦੇ ਵਿੱਚ ਜਿਹੜਾ ਮੁਬਾਰਕਪੁਰ ਦੇ ਨੇੜੇ ਗੁੰਡਾ ਟੈਕਸ ਲੈਣ ਵਾਲੇ ਆ ਉਹ ਗਾਇਬ ਹੋ ਗਿਆ। ਇਹਨਾਂ ਨੇ ਮੁਬਾਰਕਪੁਰ ਕਸ਼ਰ ਜ਼ੋਨ ਬਾਹਰ ਇੱਕ ਦੁਕਾਨ ਦੇ ਵਿੱਚ ਡੇਰਾ ਲਾਇਆ ਹੋਇਆ ਸੀਗਾ, ਜਿਹੜੇ ਕਿ ਹਰੇਕ ਆਉਣ ਜਾਣ ਵਾਲੀ ਗੱਡੀ ਤੋਂ ਜਬਰੀ ਗੁੰਡਾ ਟੈਕਸ ਵਸੂਲਦੇ ਸੀ। ਉਹ ਜਿਹੜੀ ਪਰਚੀ ਹੈ ਨਾ ਜੀ ਉਹਦੇ ਉੱਤੇ ਲਿਖਿਆ ਹੋਇਆ ਗੁੰਡਾ ਟੈਕਸ, ਮਤਲਬ ਕਿ ਇੰਨੀ ਹੈਰਾਨਗੀ ਹੈ ਕਿ ਗੁੰਡੇ ਜਿਹੜੇ ਨੇ ਉਹ ਪਰਚੀਆਂ ਦੇ ਕੇ ਟੈਕਸ ਉਹਦੇ ਉੱਤੇ ਗੁੰਡਾ ਟੈਕਸ ਲਿਖ ਕੇ ਵਸੂਲਦੇ ਰਹੇ। ਇਹ ਕੋਈ ਹੋਰ ਨਹੀਂ ਹੈ ਜੀ, ਇਹ ਰਾਜਨੀਤਿਕਾਂ ਦੇ ਖਾਸਮ ਖਾਸ ਨੇ। ਮੁਬਾਰਕਪੁਰ ਖੇਤਰ ਤੋਂ ਸਿਆਸੀ ਆਗੂਆਂ ਦੀ ਸ਼ਹਿ ਤੇ ਲੰਬੇ ਸਮੇਂ ਤੋਂ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜਾ ਜੀ ਉਹ ਵਸੂਲਿਆ ਜਾ ਰਿਹਾ ਸੀਗਾ। ਕਈ ਸ਼ਿਕਾਇਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੇ ਗਈਆਂ, DGP ਦੇ ਕੋਲੇ ਗਈਆਂ, ਮਾਈਨਿੰਗ ਮੰਤਰੀ ਦੇ ਕੋਲੇ ਗਈਆਂ, ਮਾਈਨਿੰਗ ਦਾ ਮਹਿਕਮਾ ਕਪਤਾਨ ਸਾਹਿਬ ਕੋਲੇ ਆ, ਮੁੱਖ ਸਕੱਤਰ ਪੰਜਾਬ ਦੇ ਕੋਲੇ ਗਈਆਂ, ਡਿਪਟੀ ਕਮਿਸ਼ਨਰ ਮੁਹਾਲੀ ਨੂੰ ਲਗਾਤਾਰ ਸ਼ਿਕਾਇਤਾਂ ਦਿੱਤੀਆਂ, ਕਿਸੇ ਨੇ ਕੋਈ ਬਾਂਹ ਜਿਹੜੀ ਸੀ ਉਹ ਨਹੀਂ ਫੜੀ, ਕਿਉਂਕਿ ਇਹਨਾਂ ਦੀ ਪਿੱਠ ਦੇ ਉੱਤੇ ਗੁੰਡਿਆਂ ਦੀ ਪਿੱਠ ਦੇ ਉੱਤੇ ਜਿਹੜੇ ਜੀ ਉਹ ਰਾਜਨੀਤਿਕ ਲੋਕ ਨੇ, ਔਰ ਇਹਨਾਂ ਦੇ ਮੂਹਰੇ ਗੋਡੇ ਜਿਹੜੇ ਜੀ ਉਹ ਟੇਕ ਤੇ, ਜਿਹੜੀ ਕ੍ਰਸ਼ਰ SSC ਉਹਨੇ ਕਈ ਮਹੀਨਿਆਂ ਤੋਂ ਪ੍ਰਤੀ ਫੁੱਟ 5.5 ਰੁਪਈਏ ਗੁੰਡਾ ਟੈਕਸ ਜਿਹੜਾ ਜੀ ਇਹ ਦੇ ਰਹੇ ਸੀ, ਔਰ ਇੱਥੇ 30 ਤੋਂ 40 ਹਜ਼ਾਰ ਰੁਪਈਏ ਰੋਜ਼ਾਨਾ ਗੁੰਡਾ ਟੈਕਸ ਜਿਹੜਾ ਜੀ ਉਹ ਵਸੂਲਿਆ ਜਾ ਰਿਹਾ ਸੀ ਇੱਕ ਡਿਸਟ੍ਰਿਕਟ। ਪੂਰੇ ਸਮੁੱਚੇ ਪੰਜਾਬ ਦਾ ਲਾਉਣਾ ਹੋਵੇ ਤੇ ਇਹ ਕਿਹਾ ਜਾਂਦਾ ਜੀ ਗੁੰਡਾ ਟੈਕਸ ਦੇ ਰੂਪ ਦੇ ਵਿੱਚ ਘੱਟੋ ਘੱਟ ਇਹ 50 ਕਰੋੜ ਰੁਪਈਏ ਦਾ ਬਿਜ਼ਨਸ ਰੋਜ਼ਾਨਾ ਦਾ, ਜਿੰਨਾ ਇਹ ਪੁੱਟ ਪੁੱਟ ਕੇ 50-50 ਫੁੱਟ ਡੂੰਘੀਆਂ ਜਿਹੜੀਆਂ ਜੀ ਉਹ ਖੱਡਾਂ ਇਹ ਲੈ ਗਏ ਨੇ ਜੀ ਸਾਰੇ ਜਗ੍ਹਾ ਦੇ। ਹੁਣ ਜਿਹੜੀ ਹਾਈਕੋਰਟ ਹੈ ਜੀ ਉਹਨੂੰ ਇਹ ਚਾਹੀਦਾ ਤਾਂ ਇਹ ਆ ਕਿ ਬਾਕੀ ਪੰਜਾਬ 'ਚ ਜਿੱਥੇ ਜਿੱਥੇ ਮਾਈਨਿੰਗ ਹੁੰਦੀ ਹੈ ਉੱਥੋਂ ਵੀ ਜਿਹੜਾ ਜੀ ਇਹ ਉਹਨਾਂ ਦੀ ਜਾਂਚ ਵੀ ਜਿਹੜੀ ਉਹ ਸੀ। ਕੱਲ ਜਿਹੜੇ ਇੱਥੇ ਯੂਥ ਕਾਂਗਰਸ ਦੇ ਬਣਾਏ ਹੋਏ ਨੇ ਪ੍ਰਧਾਨ ਉਹ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲ ਰਹੇ ਸੀਗੇ ਕਿ ਜਿਹੜਾ ਗੁੰਡਾ ਟੈਕਸ ਹੈ ਜਾਂ ਜਿਹੜਾ ਰੇਤ ਮਾਫੀਆ ਹੈ, ਸ਼ਰਾਬ ਮਾਫੀਆ ਹੈ, ਉਹਨੂੰ ਕੰਟਰੋਲ ਕਰਨ ਦੇ ਵਿੱਚ ਸਰਕਾਰ ਸਫਲ ਨਹੀਂ ਹੋਈ, ਇਹ ਉਹਨਾਂ ਨੇ ਗੱਲ ਜਿਹੜੀ ਉਹ ਮੰਨੀ। ਟੇਬਲ ਮਾਫੀਆ ਨਹੀਂ ਕਹਿੰਦੇ ਰੁਕ ਸਕਿਆ, ਰੇਤ ਮਾਫੀਆ ਨਹੀਂ ਰੁਕ ਸਕਿਆ, ਹਾਲਾਂਕਿ ਉਹਨਾਂ ਦਾ ਆਪਣਾ ਨਾਮ ਵੀ ਉਹਦੇ ਵਿੱਚ ਜਿਹੜਾ ਵੀ ਉਹ ਬੋਲਦਾ ਅਕਸਰ। ਇਹਦੀ ਗੱਲ ਉਹਨਾਂ ਨੇ ਜਿਹੜੀ ਵੀ ਕਹੀ ਕਿ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਉਹ ਜਨਤਕ ਤੌਰ ਦੇ ਉੱਤੇ ਮੁੱਦੇ ਨਹੀਂ ਉਹਨਾਂ ਨੂੰ ਉਠਾਉਣੇ ਚਾਹੀਦੇ ਸੀ, ਇਹ ਜਿਹੜੀ ਵੀ ਉਹ ਪਾਰਟੀ ਪੱਧਰ ਦੇ ਉੱਤੇ ਗੱਲ ਜਿਹੜੀ ਉਹ ਉਠਾਉਂਦੇ। ਜਿਹੜੇ ਸਵਾਲ ਸੀਗੇ ਵੀ ਦੱਸੋ ਮੌਜੂਦਾ ਸਰਕਾਰ ਨੇ ਸ਼ਰਾਬ ਮਾਫੀਆ ਦੇ ਉੱਤੇ ਰੇਤ ਮਾਫੀਆ ਦੇ ਉੱਤੇ ਕੀਤਾ, ਕੋਈ ਜਵਾਬ ਉਹਨਾਂ ਕੋਲੇ ਜਿਹੜਾ ਸੀ ਉਹ ਨਹੀਂ ਸੀਗਾ, ਮਤਲਬ ਕਿ ਉਹ ਆਪ ਮੰਨ ਰਹੇ ਹੈ ਸਾਰਾ ਕੁਛ ਜਿਹੜਾ ਜੀ ਹੋ ਰਿਹਾ। ਤੇ ਇਹ ਹੁਣ ਗੁੰਡੇ ਜਿਵੇਂ ਭੱਜੇ ਨੇ ਉੱਥੋਂ, ਮਤਲਬ ਕਿ ਜੇ ਜਾਂਚ ਪੰਜਾਬ ਦੇ ਇਹ ਸਾਰੇ ਰੇਤ ਦੀ ਕੇਂਦਰੀ ਏਜੰਸੀ ਕੀਤੀ ਜਾਂਦੀ ਹੈ ਤਾਂ ਇਹ ਕਮ ਸੇ ਕਮ ਉਹ ਜਾਂਚ ਚੋਂ ਕੀ ਨਿਕਲਦਾ ਉਹ ਗੱਲ ਹੈ, ਕੁਛ ਸਮੇਂ ਲਈ ਸਹੀ, ਟੈਂਪਰੇਰੀ ਤੌਰ ਦੇ ਉੱਤੇ ਸਹੀ, ਇਹ ਜਿਹੜੀ ਮਾਈਨਿੰਗ ਰੁਕ ਸਕਦੀ ਹੈ ਜਿਵੇਂ ਰੋਪੜ ਚ। ਜੀ
ਗੱਲ ਕਰਦੇ ਹਾਂ ਮੋਗੇ ਦੇ ਵਿੱਚ ਇੱਕ ਖਾਲਿਸਤਾਨੀ ਝੰਡਾ ਲਹਿਰਾਇਆ ਸੀ ਨੌਜਵਾਨ ਨੇ, ਉਸ ਨੂੰ ਫੜ ਲਿਆ ਗਿਆ ਸੀਗਾ, ਉਸਦਾ ਕੀ ਬਣਿਆ? ਇਹਨਾਂ ਦੀ ਗਿਣਤੀ ਕੋਈ 3 ਦੇ ਕਰੀਬ ਦੱਸੀ ਜਾਂਦੀ ਹੈ ਜੀ। ਜਿਹੜੀ ਇੱਥੇ ਡਿਸਟ੍ਰਿਕਟ ਦੀ ਸੈਕਟਰੀਏਟ ਬਿਲਡਿੰਗ ਹੈ ਉਹਦੇ ਉੱਤੇ ਜਿਹੜਾ ਜੀ ਇਹਨਾਂ ਨੇ ਲਾਲਚ ਵੱਸ ਕਹਿੰਦੇ ਝੰਡਾ ਚਲਾ ਦਿੱਤਾ ਸੀਗਾ। ਪੁਲਿਸ ਨੇ ITI ਦਾ ਸਟੂਡੈਂਟ ਹੈ ਉਹਨੂੰ ਗ੍ਰਿਫਤਾਰ ਕੀਤਾ ਜੀ, ਔਰ ਇਹਨੂੰ ਡਿਊਟੀ ਮੈਜਿਸਟਰੇਟ ਦੇ ਕੋਲੇ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਉਹਦਾ ਦਿੱਤਾ ਗਿਆ। ਪੁਲਿਸ ਨੇ ਇੰਸਪੈਕਟਰ ਦੇ ਪੁੱਤ ਸਣੇ 2 ਹੋਰ ਨੌਜਵਾਨਾਂ ਨੂੰ ਇਹਦੇ 'ਚ ਨਾਮਜ਼ਦ ਕੀਤਾ। ਇਹ ਜਿਹੜਾ ਫੜਿਆ ਗਿਆ ਇਹਨੇ ਵੀਡੀਓ ਬਣਾਈ ਸੀਗੀ ਜੀ ਦੂਰ ਖੜੋ ਕੇ, ਕਿਉਂਕਿ ਇਹਦੀ ਡਿਊਟੀ ਇਹ ਲੱਗੀ ਕਿ ਵੀਡੀਓ ਬਣਾਉਣੀ ਆ, ਜਿਹੜੀ ਕਿ ਵੀਡੀਓ ਬਣਾ ਕੇ ਇਹਨਾਂ ਨੇ ਭੇਜਣੀ ਸੀਗੀ ਜੀ ਗੁਰਪਤਵੰਤ ਪੰਨੂ ਨੂੰ, ਜਿਹਨੇ ਇਹ ਕਿਹਾ ਸੀਗਾ ਵੀ ਜਿਹੜਾ ਇੱਦਾਂ ਝੰਡਾ ਚਲਾ ਕੇ ਵੀਡੀਓ ਭੇਜੂਗਾ ਉਹਨੂੰ $2500 ਜਿਹੜਾ ਜੀ ਉਹ ਅਮੈਰੀਕਨ ਦਿੱਤਾ ਜਾਊਗਾ। ਜਿਹੜੇ SSP ਨੇ ਉਹਨੇ ਇਹ ਗੱਲ ਦੱਸੀ ਆ ਕਿ ਝੰਡਾ ਚਲਾਉਣ ਦੀ ਵੀਡੀਓ ਬਣਾਉਣ ਵਾਲਾ ਇਹ ਨੌਜਵਾਨ ਜਿਹੜਾ ਜੀ ਉਹ 19 ਵਰਿਆਂ ਦਾ ਅਜੇ ਸਾਰਾ, ਆਕਾਸ਼ਦੀਪ ਪਿੰਡ ਸਾਧੂ ਵਾਲਾ ਹੈਗਾ ਜ਼ੀਰੇ ਦੇ ਨੇੜੇ, ਉੱਥੋਂ ਉਹਨੂੰ ਅਰੈਸਟ ਕੀਤਾ ਗਿਆ। ਜਸਪਾਲ ਸਿੰਘ ਰਿੰਪਾ ਤੇ ਇੰਦਰਜੀਤ ਸਿੰਘ ਗਿੱਲ ਹੈ ਇਹ ਦੋਵੇਂ ਰੌੜੀ ਪਿੰਡ ਮੋਗਾ ਜਿਹੜਾ ਮੋਗਾ ਡਿਸਟ੍ਰਿਕਟ ਦੇ ਵਿੱਚ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ। ਇਹਨਾਂ ਦੀ ਗ੍ਰਿਫਤਾਰੀ ਦੇ ਵਾਸਤੇ ਛਾਪੇਮਾਰੀ ਹੋ ਰਹੀ ਹੈ, ਇਹ ਭੱਜ ਗਏ ਹੋਏ ਆ ਜੀ ਦੋਵਾਂ ਦੀ ਪਿੰਡ ਰੌਲੀ ਦੇ ਵਿੱਚ ਫੋਟੋ ਸਟੇਟ ਤੇ ਇੰਟਰਨੈਟ ਦੀ ਦੁਕਾਨ ਹੈ। ਜਸਪਾਲ ਸਿੰਘ ਜਿਹੜਾ ਇਹਦੇ ਵਿੱਚ ਨਾਮਜ਼ਦ ਕੀਤਾ ਗਿਆ ਉਹਦਾ ਪਿਓ ਪੰਜਾਬ ਪੁਲਿਸ ਦੇ ਵਿੱਚ ਇੰਸਪੈਕਟਰ ਹੈ ਤੇ ਉਹ ਆਕਾਸ਼ਦੀਪ ਆਪਸ ਦੇ ਵਿੱਚ ਮਾਮਲੇ ਭੂਆ ਦੇ ਪੁੱਤ ਹੈ। ਇਹਨਾਂ ਨੇ 13 ਅਗਸਤ ਨੂੰ ਪਹਿਲਾਂ ਰੇਕੀ ਜੋ ਪੁਲਿਸ ਦੱਸ ਰਹੀ ਹੈ, 14 ਨੂੰ ਵੀਡੀਓ ਜਿਹੜੀ ਸੀ ਉਹ ਰਿੰਪਾ ਨੂੰ ਦਿੱਤੀ। ਇਹ ਤੋਂ ਬਾਅਦ ਦੋਵੇਂ ਪਿੰਡ ਪੱਖੋਵਾਲ ਲੁਧਿਆਣੇ ਦੇ ਵਿੱਚ ਜਿਹੜਾ ਜੀ ਉਹ ਚਲੇ ਗਏ ਆਪਣੇ ਰਿਸ਼ਤੇਦਾਰ ਦੇ ਕੋਲੇ। ਇਹ ਜਿਹੜੇ ਜੀ ਇਹਨਾਂ ਨੇ ਜਿਹੜੀ ਇਹੀ ਸੀ ਵੀ $2500 ਜਿਹੜਾ ਜੀ ਆਊਗਾ ਤੇ ਉਹ ਤਿੰਨੇ ਆਪਸ ਦੇ ਵਿੱਚ ਵੰਡ ਲੈਣਗੇ। ਉਹ ਕਹਿੰਦੇ ਕਿ ਇਸੇ ਕਰਕੇ ਉਹਨਾਂ ਨੇ ਇਹ ਵੀਡੀਓ ਬਣਾਈ ਤੇ ਭੇਜੀ ਤੇ $2500 ਉਹਨਾਂ ਨੂੰ ਜਿਹੜਾ ਜੀ ਉਹ ਮਿਲ ਜੂ। ਔਰ ਜਿਹੜੀ ਜਿਹੜੀ ਪੁਲਿਸ ਆ ਉਹ ਇਹ ਦੱਸ ਰਹੀ ਆ ਕਿ ਹੁਣ ਜਿਹੜਾ ਇਹਦਾ ਰਿਮਾਂਡ ਮਿਲਿਆ ਉਹਦੇ ਵਿੱਚ ਇਸ ਤੋਂ ਅਗਲੀ ਪੁੱਛਗਿੱਛ ਜਿਹੜੀ ਹੈ ਜੀ ਉਹ ਕੀਤੀ ਜਾਊਗੀ। 19 ਸਾਲ ਦੀ ਉਮਰ ਬਹੁਤ ਯੰਗ ਏਜ ਹੈ ਜੀ, ਹੁਣ ਉਹਦੇ ਉੱਤੇ ਇਸ ਤਰ੍ਹਾਂ ਦਾ ਕੇਸ ਪੈ ਜਾਣਾ ਇੱਕ ਕਿਸਮ ਦੇ ਨਾਲ ਤੁਸੀਂ ਕਹਿ ਲਓ ਕਿ ਭਵਿੱਖ ਦੇ ਵਿੱਚ ਉਹਨੂੰ ਮੁਸ਼ਕਲਾਂ ਦਾ ਇਹ ਜਿਹੜੀਆਂ ਜੀ ਉਹ ਦੇਊਗਾ ਨਾ। ਬਾਕੀ ਜਿਹੜੀ ਆ ਅਜੇ ਉਹਨਾਂ ਦੀ ਗ੍ਰਿਫਤਾਰੀ ਹੋਣੀ ਜਿਹੜੀ ਉਹ ਬਾਕੀ ਆ। ਦੇਖਦੇ ਆ ਜੀ ਕਿ $2500 ਜਾਂ ਕਿੰਨਾ ਇਹਨਾਂ ਦੇ ਵਕੀਲਾਂ ਨੂੰ ਜਿਹੜਾ ਜੀ ਉਹ ਪਹੁੰਚਦਾ ਜਾਂ ਉਹਨਾਂ ਦੀ ਮਦਦ ਜਿਹੜੀ ਆ ਉਹ ਕਿੰਨੀ, ਕਿਉਂਕਿ ਪਹਿਲਾਂ ਜਿਹੜੇ ਅਰੈਸਟ ਹੋਏ ਚਾਹੇ ਉਹ UAPA ਦੇ ਤਹਿਤ ਅਰੈਸਟ ਹੋਏ ਨੇ ਉਹਨਾਂ ਦੇ ਪਰਿਵਾਰ ਜਿਹੜੇ ਆ ਜੀ ਉਹ ਵਿਚਾਰੇ ਤਰਲੇ ਲੈਂਦੇ ਫਿਰਦੇ ਆ ਕਿ ਕਿਸੇ ਤਰੀਕੇ ਨਾਲ ਉਹਨਾਂ ਦੇ ਮੁੰਡੇ ਜਿਹੜੇ ਜੀ ਉਹ ਛੁੱਟ ਜਾਣ। ਪਰ ਇਹ ਜਿਸ ਤਰੀਕੇ ਨਾਲ ਇਹ ਗ੍ਰਿਫਤਾਰੀਆਂ ਹੋਈਆਂ ਨੇ ਜਿਹਦੇ 'ਚ ਇੰਸਪੈਕਟਰ ਦਾ ਮੁੰਡਾ ਵੀ ਸ਼ਾਮਿਲ ਹੈ, ਹੋਈਆਂ ਤਾਂ ਕੀਤਾ ਤਾਂ ਇਹਨਾਂ ਨੇ ਲਾਲਚ ਵਾਸੀ ਹੈ, ਸਿਰਫ ਇਸ ਕਰਕੇ ਕਿ ਉਹਨਾਂ ਨੂੰ ਪੈਸੇ ਜਿਹੜੇ ਮਿਲ ਜਾਣਗੇ ਉਹਨਾਂ ਨੂੰ ਨਹੀਂ ਸੀ ਪਤਾ ਜੀ ਉਹ ਐਡੀ ਵੱਡੀ ਮੁਸ਼ਕਲ ਆ ਸਕੀ। ਜੀ ਬਹੁਤ ਬਹੁਤ ਧੰਨਵਾਦ ਬਲਦੇਵ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਰੋਤੇ, ਸਨ ਬਲਦੇਵ ਪੰਨੂ ਜੀ ਸਾਡੇ ਨਾਲ ਜੁੜੇ ਦਿਨ ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।